ਜਸ ਪੰਜਾਬੀ ਦੇਖਦੇ ਹੋ ਸਾਇਦਰਸ਼ਕ ਨੂੰ ਮੇਰੇ ਅਲੋ ਪਿਆਰ ਬਰੀ ਸਤਿ ਸ਼ਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰੇ ਨਿਊਜ਼ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਕਿ ਤੁਹਾਡਾ ਹਫਤਾ ਵਧੀਆ ਲੰਘ ਰਿਹਾ ਐ ਐਂਡ ਦੈਟ ਯੂ ਆਰ ਸਟੇਇੰਗ ਕੂਲ ਕਾਸਕੋ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਇਤਿਹਾਸਿਕ ਹੀਟ ਵੇਵ ਇੱਕ ਵਾਰੀ ਫਿਰ ਅਸੀਂ ਵੇਖ ਰਹੇ ਆ ਜੋ ਸਦਰਨ ਸਟੇਟਸ ਹੈਗੀਆਂ ਖਾਸ ਕਰਕੇ ਟੈਕਸਸ ਇੱਕ ਹਰਕੇਨ ਨੂੰ ਝੇਲ ਰਹੀ ਐ ਫਲਡਿੰਗ ਵੇਖ ਰਹੀ ਐ the weather gets crazier every day ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਡੋਮੈਸਟਿਕ ਇਸ਼ੂਜ਼ ਜਾਂ ਵੈਦਰ ਨੂੰ ਲੈ ਕੇ ਤੁਹਾਡੇ ਨਾਲ ਨਹੀਂ ਗੱਲ ਕਰਨੀ ਇਨ ਫੈਕਟ ਇੰਟਰਨੈਸ਼ਨਲ ਸਟੇਜ ਤੇ ਗਲੋਬਲ ਆਮ ਲੈਵਲ ਤੇ ਕਾਫੀ ਵੱਡੀ ਹੈਡਲਾਈਨਸ ਇਸ ਹਫਤੇ ਬ੍ਰੇਕ ਹੋਈਆਂ ਉਹਨਾਂ ਉੱਤੇ ਥੋੜਾ ਜਿਹਾ ਫੋਕਸ ਕਰਾਂਗੇ ਇਨ ਫੈਕਟ ਅਸੀਂ ਤੁਹਾਨੂੰ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਯੂਨਾਈਟਿਡ ਸਟੇਟਸ ਦੇ ਵਿੱਚ ਜੋ ਡੋਮੈਸਟਿਕ ਪੋਲਿਟਿਕਸ ਹਨ ਉਹਨਾਂ ਦੇ ਵਿੱਚ ਇੱਕ ਨਵੀਂ ਲੇਅਰ ਇਸ ਵੇਲੇ ਇਸ ਵੀਕ ਅਸੀਂ ਵੇਖੀ ਹੈ ਕਿ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਨੇ ਨੈਟੋ ਲੀਡਰਸ ਨੂੰ ਹੋਸਟ ਕੀਤਾ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਲਾਰਜਲੀ ਉਹਨਾਂ ਦੀ ਜੋ ਡਿਸਕਸ਼ਨਸ ਸਪੀਚਸ ਹੋਈਆਂ ਐ ਐਸ ਨੈਟੋ ਸਮਿਟ ਦੇ ਵਿੱਚ ਲਾਰਜਲੀ ਬੜੀ ਪੋਜ਼ਿਟਿਵ ਰਿਸੈਪਸ਼ਨ ਵੇਖ ਰਹੀਆਂ ਹਨ ਹਾਊਏਵਰ ਦ ਕਾਲਸ ਫ্রম ਹਿਸ ਪਾਰਟੀ ਲੀਡਰਸ ਟੂ ਸਟੈਪ ਡਾਊਨ ਕੰਟੀਨਿਊ ਸਭ ਤੋਂ ਰੀਸੈਂਟਲੀ ਫਾਰਮਰ ਸਪੀਕਰ ਆਫ ਦ ਹਾਊਸ ਐਮਰਿਟਸ ਨਾਂਸੀ ਪੋਲੋਸੀ ਜੋ ਕਿ ਡੈਮੋਕ੍ਰੈਟਿਕ ਪਾਰਟੀ ਦੀ ਇੱਕ ਪਾਵਰ ਹਾਊਸ ਇੱਕ ਪਿਲਰ ਹੈਗੀ ਉਹਨਾਂ ਵੱਲੋਂ ਵੀ ਇਹ ਆਮ ਤੁਸੀਂ ਕਹਿ ਲਓ ਸਟੈਪ ਅਸਾਈਡ ਹੋਣ ਦੀ ਇੱਕ ਪਬਲਿਕ ਕਾਲ ਕੀਤੀ ਗਈ ਫੋਰ ਪ੍ਰੈਜ਼ੀਡੈਂਟ ਬਾਈਡਨ ਹਾਊਏਵਰ ਅੱਜ ਅਸੀਂ ਡੈਮੋਕ੍ਰੈਟਿਕ ਲੀਡਰਸ਼ਿਪ ਤੋਂ ਹਟ ਕੇ ਥੋੜੀ ਜੀ ਯੂਕੇ ਦੀ ਲੀਡਰਸ਼ਿਪ ਵੱਲ ਵੇਖਾਂਗੇ ਬਿਕਾਜ਼ ਦ ਯੂਨਾਈਟਿਡ ਕਿੰਗਡਮ as a new prime minister and once again sanu pata hai ki uk politics kinni tezi de naal badalde hai unna de prime ministers kinni tezi de naal badalde in fact pichle 1 saal de vich unna ne 3 naye prime ministers vekhe pichle 14 saalaan de vich 5 naye prime minister hun 6va prime minister jo aaya hai پرائم منسٹر کیئر سٹارمر انہوں لے کے تھوڑی جی ڈسکشن کرانگے جو کہ پچھلے ہفتے ہی پرائم منسٹر دی پوزیشن ٹین ڈاؤننگ سٹریٹ افیشلی آپ دی کم آپ کی سامبل نے پہنچ چکے ہیں سو لٹسم آف دا ہیڈ لائنس ونس اگین یہ ایک نوی پرائم منسٹر دی صرف گل نہیں ہے لیبر پارٹی ਜੋ ਕਿ ਲੈਫਟ ਲੀਨਿੰਗ ਪ੍ਰੋਗਰੈਸਿਵ ਪਾਰਟੀ ਹੈਗੀ ਯੂਕੇ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਜਿੱਤ ਮੰਨੀ ਜਾ ਰਹੀ ਹੈ ਪਿਛਲੇ 14 ਸਾਲਾਂ ਲਈ ਕੰਸਰਵੇਟਿਵ ਪਾਰਟੀ ਜ ਜਿਹਨੂੰ ਟੋਰੀਜ਼ ਕਿਹਾ ਜਾਂਦਾ ਹੈ ਪਾਵਰ ਦੇ ਵਿੱਚ ਸੀਗੇ ਉਹਨਾਂ ਨੇ ਪੰਜ ਵਾਰੀ ਪ੍ਰਾਈਮ ਮਿਨਿਸਟਰ ਬਦਲਿਆ ਤੇ ਐਤ ਕੀ ਯੂਕੇ ਦੇ ਵੋਟਰਸ ਨੇ ਉਹਨਾਂ ਨੂੰ ਸਾਫ਼ ਰਿਜੈਕਟ ਕਰਕੇ ਲੇਬਰ ਪਾਰਟੀ ਨੂੰ ਜਿੱਤ ਅਤੇ ਬਹੁਤ ਵੱਡੀ ਇੱਕ ਇਤਿਹਾਸਿਕ ਮੈਜੋਰਿਟੀ ਦਿੱਤੀ ਇਨਫੈਕਟ ਇਫ ਵੀ ਲੁੱਕ ਅ ਮੋਰ ਹੈਡਲਾਈਨਸ ਇਨ ਦਿਸ ਸਟੋਰੀ ਯੂ ਕੈਨ ਸੀ ਕਿ ਕਿਸ ਤਰ੍ਹਾਂ ਇਹ ਇਲੈਕਸ਼ਨ ਦੇ ਵਿੱਚ ਅਗਰ ਅਸੀਂ ਬ੍ਰੇਕਡਾਊਨ ਕਰੀਏ ਵਿੱਚ ਵੀ ਵੈਲਸ ਹਨ ਗੈਸਟ ਵੀ ਜੁੜੇ ਹੋਏ ਹਨ ਅਮ ਕੀ ਕੁਝ ਹੋਇਆ I mean look at the numbers here right ਇਹ ਮਾਰਜਿਨਸ ਆਰ ਸਮ ਆਫ ਦਿ ਲਾਰਜੈਸਟ ਮਾਰਜਿਨਸ ਹਿਸਟੋਰੀਕਲੀ ਸਪੀਕਿੰਗ ਯੂਕੇ ਦੇ ਵਿੱਚ ਇਨਫੈਕਟ ਪੂਰੇ ਯੂਰਪ ਦੇ ਵਿੱਚ ਜਿੱਥੇ ਮੈਜੋਰਿਟੀ ਪੋਲਿਟਿਕਸ ਇਹੋ ਜੀ ਮੈਜੋਰਿਟੀ ਅਮ ਤੁਸੀਂ ਕਹਿ ਲੋ ਸੀਟਸ ਇੱਕ ਪਾਰਟੀ ਲੈਂਦੀ ਹੈ ਕੋਲੀਸ਼ਨ ਗਵਰਨਮੈਂਟਸ ਬਣਨੀਆਂ ਹਨ ਉਹਨਾਂ ਦੇ ਵਿੱਚ ਇੱਕ ਬਹੁਤ ਇਤਿਹਾਸਿਕ ਅਨਪ੍ਰੈਸੀਡੈਂਟਡ ਮੈਜੋਰਿਟੀ ਗਿਣੀ ਜਾ ਰਹੀ ਹੈ ਐਂ ਤੁਸੀਂ ਵੇਖ ਸਕਦੇ ਹੋ ਰਿਸ਼ੀ ਸੂਨੈਕ versus the new prime minister Keir Starmer at the dona di respective parties ਕੰਸਰਵੇਟਿਵਸ ਵਰਸਸ ਦ ਲੇਬਰ ਪਾਰਟੀ ਕਿਸ ਤਰ੍ਹਾਂ ਉਹਨਾਂ ਦੀ ਸੀਟਸ ਦਾ ਬ੍ਰੇਕਡਾਊਨ ਹੋਇਆ ਹੈ ਇਨ ਫੈਕਟ ਇਫ ਯੂ ਲੁੱਕ ਐਟ ਸਮ ਮੋਰ ਹੈਡਲਾਈਨਸ ਇਨ ਦਿਸ ਰਿਗਾਰਡ ਇਟ ਮੇਕਸ ਅਸ ਵੰਡਰ ਕਿ ਇਹ ਕੀਅਰ ਸਟਾਰਮਰ ਦੇ ਵਿੱਚ ਕੀ ਕੁਝ ਇਹੋ ਜਿਹਾ ਅੰਦਾਜ਼ ਕੀ ਕੁਝ ਖਾਸ ਸੀਗਾ ਕਿ ਉਹਨਾਂ ਨੇ ਇੱਕ ਤੁਸੀਂ ਕਹਿ ਲਓ ਹਾਰੀ ਹੋਈ ਪਾਰਟੀ ਨੂੰ ਇੰਨੀ ਵੱਡੀ ਜਿੱਤ ਦਿੱਤੀ ਇੱਕ ਲੀਡਰ ਦੇ ਤੌਰ ਤੇ ਅੱਗੇ ਆਏ ਹਨ ਹੀ ਇਜ਼ ਅਨਲਾਈਕ ਫਾਰਮਰ ਲੇਬਰ ਲੀਡਰ ਜੋ ਲਾਸਟ ਟਾਈਮ ਜਿੱਤੇ ਸੀ ਟੋਨੀ ਬਲੇਅਰ ਜੋ ਕਿ ਇੱਕ ਬਹੁਤ ਪੀਪਲਸ ਪਰਸਨ ਸ਼ੋਸ਼ਾ ਸ਼ੋਬਿਸ ਟਾਈਪ ਪਰਸਨੈਲਿਟੀ ਲੈ ਕੇ ਅਗੇ ਇਨ ਫੈਕਟ ਹੀ ਇਸ ਟਰਮਰ ਨੂੰ ਇੱਕ ਮੈਨ ਆਫ ਦਾ ਪੀਪਲ ਕਿਹਾ ਜਾ ਰਿਹਾ ਹੈ ਲੋਕਾਂ ਦਾ ਬੰਦਾ ਹੰਬਲ ਬਿਗਿਨਿੰਗਸ ਛੋਟੀ ਬੈਕਗ੍ਰਾਉਂਡ ਤੋਂ ਆਪਣੇ ਆਪ ਨੂੰ ਉੱਤੇ ਉਠਾਣ ਵਾਲਾ ਇੰਡੀਵਿਜੂਅਲ What else do we know about this election? Well, there's a lot going on in the UK. Agar to see the koi ek progressive jitni sigi, because both uh, ultra right candidates we kuch sita lagai. In fact, one candidate, jo ki Brexit nal churiya But that's not stopping kier Starmer, jo ki apni cabinet nu parliament nu diverse man ਕਿ ਉਹਨਾਂ ਦੀ ਇਸ ਜਿੱਤ ਦੇ ਵਿੱਚ ਜੋ ਪਾਰਲੀਮੈਂਟ ਅੱਗੇ ਆਈ ਹੈਗੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਮਾਈਨੋਰਿਟੀਆਂ ਸਭ ਤੋਂ ਜ਼ਿਆਦਾ ਔਰਤਾਂ ਵੇਖਿਆ ਜਾ ਰਹੀਆਂ ਹਨ ਸੋ ਵਾਂਸ ਅਗੇਨ ਨਗਰ ਤੁਸੀਂ ਹੈਡਲਾਈਨਸ ਵੱਲ ਵੇਖੋ ਯੂਕੇ ਦੇ ਵਿੱਚ ਇੱਕ ਡੈਫਨਿਟਲੀ ਨਵਾਂ ਦੌਰ ਸ਼ੁਰੂ ਹੋਇਆ ਹੈ 14 ਸਾਲਾਂ ਬਾਅਦ ਬਟ ਉੱਥੇ ਦੇ ਇਲੈਕਸ਼ਨਸ ਤੋਂ ਇਥੇ ਦੀ ਪਾਰਟੀਆਂ ਸਿੱਖ ਸਕਦੀਆਂ ਹਨ ਖਾਸ ਕਰਕੇ ਰਿਪਬਲਿਕਨਸ ਜੋ ਉੱਥੇ ਜੋ ਕਿ ਕੰਜ਼ਰਵੇਟਿਵ ਵੈਲਿਊਜ਼ ਰਿਪਰੈਜ਼ੈਂਟ ਕਰਦੇ ਹਨ ਜਿਸ ਤਰ੍ਹਾਂ ਯੂਕੇ ਦੇ ਵਿੱਚ ਟੋਰੀ ਪਾਰਟੀ ਕੰਜ਼ਰਵੇਟਿਵ ਪਾਰਟੀ ਕਰਦੀ ਸੀ ਜਿਨ੍ਹਾਂ ਦੀ ਬਹੁਤ ਵੱਡੀ ਰਿਜੈਕਸ਼ਨ ਅਸੀਂ ਵੇਖ ਰਹੇ ਹਾਂ ਇਨ ਫੈਕਟ ਇਹ ਸਿਰਫ ਯੂਕੇ ਦੀ ਗੱਲ ਨਹੀਂ ਹੈਗੀ ਇਫ ਯੂ ਲੁੱਕ ਐਟ ਅਦਰ ਯੂਰੋਪੀਅਨ ਨੇਸ਼ਨਸ ਲਾਈਕ ਫਰਾਂਸ ਉੱਥੇ ਵੀ ਇੱਕ ਬਹੁਤ ਇਤਿਹਾਸਿਕ ਕਲੈਕਸ਼ਨ ਰੀਸੈਂਟਲੀ ਹੋਇਆ ਹੈ ਐਂਡ ਦ ਰਿਜ਼ਲਟਸ ਵੇਰ ਮਿਕਸਡ ਐਟ ਫਰਸਟ ਲੋਕਾਂ ਨੂੰ ਨਹੀਂ ਪਤਾ ਸੀ ਕਿ ਕੰਸਰਵੇਟਿਵ ਇੱਕ ਐਕਸਟ੍ਰੀਮ ਰਾਈਟ ਵਾਲ ਫਰਾਂਸ ਜਾਊਗਾ ਜਾਂ ਲੈਫਟ ਵਾਲ ਜਾਊਗਾ ਇਹ ਜੋ ਸਟੈਟਸ ਕੋ ਹੈਗਾ ਉਹਨੂੰ ਰਿਟੇਨ ਕਰੇਗਾ ਆਮ ਇਹ ਦੋ ਇਲੈਕਸ਼ਨਸ ਕਾਫੀ ਤੁਸੀਂ ਕਹਿ ਲਓ ਇੱਕ ਲਿਟਮਸ ਟੈਸਟ ਦੇ ਤੌਰ ਤੇ ਕਾਫੀ ਕੁਝ ਸਿਖਾ ਸਕਦੇ ਹੈ ਯੂ ਐਸ ਦੀ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਸਟ੍ਰੈਟੇਜਿਸਟ ਨੂੰ ਸਪੈਸ਼ਲੀ ਗੋਇੰਗ ਇਨਟੂ ਦ ਕਨਵੈਂਸ਼ਨਸ ਨੈਕਸਟ ਵੀਕ ਅਗਲੇ ਹਫਤੇ ਰਿਪਬਲਿਕਨ ਕਨਵੈਨਸ਼ਨ ਮਿਲਵੌਕੀ ਵਿਸਕੋਂਸਿਨ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਕਿ ਕੁਝ ਅਸੀਂ ਸਿੱਖ ਸਕਦੇ ਹਾਂ VOTERS ਦੇ ਸੈਂਟੀਮੈਂਟ ਉਹਨਾਂ ਦੀ ਸੋਚ ਬਾਰੇ ਬਟ ਅਸੀਂ ਅੱਜ ਗਲੋਬਲ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਨੇ ਇੱਕ ਹੋਰ ਵੱਡੀ ਖਬਰ ਗਲੋਬਲ ਲੈਵਲ ਤੇ ਇਸ ਹਫਤੇ ਆ ਜਿੱਥੇ ਯੂਐਸਏ ਦੇ ਵਿੱਚ ਨੈਟੋ ਲੀਡਰਸ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਵੈਸਟਰਨ ਐਲਾਈਜ਼ ਮਿਲ ਕੇ ਵੱਖ-ਵੱਖ ਸਮੱਸਿਆਵਾਂ ਨੂੰ ਡਿਸਕਸ ਕਰ ਰਹੇ ਸੀ ਐਟ ਦ ਸੇਮ ਟਾਈਮ ਜਿਸਨੂੰ ਤੁਸੀਂ ਅਗਲੀ ਹੈਡਲਾਈਨ ਦੇ ਵਿੱਚ ਵੇਖ ਸਕਦੇ ਹੋ ਪ੍ਰਾਈਮ ਮਿਨਿਸਟਰ ਮੋਦੀ ਅਤੇ ਪ੍ਰੈਜ਼ੀਡੈਂਟ ਵਲੈਡੀਮੀਰ ਪੁਤਿਨ ਆਫ ਰੂਸ In fact, this was Prime Minister Modi's first trip to Moscow in over five years. ਏ ਦੀ ਅਮਯਤ ਬਾਰੇ ਵੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਿਸ ਨੂੰ ਤੁਹਾਨੂੰ ਦੱਸਿਆ ਸਾਡੇ ਨਾਲ ਐਕਸਪਰਟ ਐਨਾਲਿਸਟ ਜੁੜੇ ਹੋਏ ਹਨ ਲੰਡਨ ਤੋਂ ਜੋ ਕਿ ਯੂਕੇ ਦੇ ਇਲੈਕਸ਼ਨ ਦੀ ਸਾਰੀ ਤੁਸੀਂ ਕਹਿ ਲਓ ਡੀਪ ਡਾਈਵ ਬ੍ਰੇਕਡਾਊਨ ਐਨਾਲਿਸਿਸ ਸਾਡੇ ਨਾਲ ਸ਼ੇਅਰ ਕਰਨ ਲਈ ਤਿਆਰ ਹਨ ਜਿਸ ਨੂੰ ਤੁਹਾਨੂੰ ਦੱਸ ਰਹੇ ਯੂਕੇ ਦੇ ਵਿੱਚ ਇਨਫੈਕਟ ਆਲ ਆਵਰਪ ਯੂਰਪ ਦੇ ਵਿੱਚ ਕਾਫੀ ਵੱਡੀ ਪੋਲੀਟੀਕਲ ਡਿਵੈਲਪਮੈਂਟਸ ਲੈ ਕੇ ਅੱਜ ਪ੍ਰੋਗਰਾਮ ਤੋਂ ਅਸੀਂ ਨਾਲ ਪੇਸ਼ ਕਰ ਰਹੇ ਹਾਂ ਤੇ ਆਫਕੋਰਸ ਯੂਕੇ ਦੇ ਵਿੱਚ ਹੁਣ ਸਾਨੂੰ ਕਿਤੇ ਨਾ ਕਿਤੇ ਤੱਕ ਆਦਤ ਪੈ ਗਈ ਹੈ ਕਿ ਪੋਲਿਟਿਕਸ ਕਿੰਨੀ ਕੁਇਕਲੀ ਚੇਂਜ ਹੁੰਦੇ ਐ ਪੋਲਿਟਿਕਸ ਦਾ ਛੱਡੋ ਪ੍ਰਾਈਮ ਮਿਨਿਸਟਰਸ ਕਿੰਨੀ ਕੁਇਕਲੀ ਚੇਂਜ ਹੁੰਦੇ ਐ ਤੇ ਨਵਾਂ ਪ੍ਰਾਈਮ ਮਿਨਿਸਟਰ ਇੱਕ ਨਵੀਂ ਰੂਲਿੰਗ ਮੈਜੋਰਟੀ ਪਾਰਟੀ ਯੂਕੇ ਅਮ ਵਿਟਨੈਸ ਕਰ ਰਿਹਾ ਸੋ ਉਹਦੇ ਬਾਰੇ ਥੋੜੀ ਜੀ ਡੀਪ ਡਾਈਵ ਡਿਸਕਸ਼ਨ ਕਰਨ ਲਈ ਸਾਡੇ ਨਾਲ ਸਾਡੇ ਰੈਗੂਲਰ ਕੋਰਸਪੋਂਡੈਂਟ ਜਨੂ ਕਾਫੀ ਚੇਅਰ ਹੋ ਗਏ ਜੁੜੇ ਹੋਏ ਨੂੰ ਅ ਅੱਜ ਇੱਕ ਵਾਰੀ ਫਿਰ ਲੰਬੇ ਸਮੇਂ ਬਾਅਦ ਸਾਡੇ ਨਾਲ ਲੰਡਨ ਤੋਂ ਜੁੜ ਰਹੇ ਹਨ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ Salim Ahmed ji, sab to pahle, Salim ji, program the program, Sat Sri welcome, good evening, how are you? I'm very well, It is so good to be back on your program. Yeah. I know it's been a long time, Salimji. To have insight and expertise, the Lord Hegi. Of course, your uh, decades of experience as not just a journalist uh, working uh, manne par manne, um, uh, stations now, BBC, etc. But also as a political analyst, you navi prime ministership, ek navi wave hai. This is very. different than the last five prime ministers i think conservative party jinna di okhe sokhe pichle 14 saal ruling rahi hai unhone panch different prime ministers is dor de vich country de agge leadership ch paaye han but this new leadership is very different sab to pehle ta is <laughs> general election da main chahwangi tusi darshakon de layi ek general sanu overview deo and is di significance bare vi thoda ja dasso ਅ ਜੇ ਅੱਜ ਹੋ ਗਿਆ ਛਿਮਾ ਰੋਜ਼ੀ ਆਜਾ 4 ਤਰੀਕ ਨੂੰ ਇਲੈਕਸ਼ਨ ਹੋਏ ਨੇ ਤੇ ਇਲੈਕਸ਼ਨ ਜਿਹੜੇ ਨੇ ਉਹ ਜਿਹੜੇ ਪ੍ਰਾਈਮ ਮਿਨਿਸਟਰ ਸਨ ਉਹਨਾਂ ਵਕਤੋਂ ਪਹਿਲੇ ਕਾਲ ਕਰ ਦਿੱਤੇ ਨੇ ਉਹਨਾਂ ਕੋਲ ਟਾਈਮ ਹੈਗਾ ਸੀ ਜਨਵਰੀ ਤੱਕ ਲੇਕਿਨ ਪ੍ਰਾਈਮ ਮਿਨਿਸਟਰ ਫਾਰਮਰ ਪ੍ਰਾਈਮ ਮਿਨਿਸਟਰ ਰਿਸ਼ੀ ਸ਼ੂਨ ਆਖ ਨੇ ਸਮਝਿਆ ਕਿ ਐਹੀ ਟਾਈਮ ਹੈ ਕਿ ਐਸੇ ਲੈ ਇਲੈਕਸ਼ਨ ਕਾਲ ਕਰ ਦੇਣੇ ਚਾਹੀਦੇ ਨੇ ਤੇ ਉਸ ਉੱਤੇ ਵੀ ਕਾਫੀ ਲੋਕੀ ਹਾਲੇ ਹੈਰਾਨ ਸਨ ਕਿ ਇੰਨੀ ਇੰਨੀ ਛੇਤੀ ਕਿਉਂ ਨਾ ਇਲੈਕਸ਼ਨ ਕਾਲ ਕਰ ਦਿੱਤੇ ਉਹਨਾਂ ਕੋਲ 4-6 ਮਹੀਨੇ ਹੋਰ ਹੈ ਸੰਤੇ ਉਹਦੇ ਚ ਉਹ ਕਨਸੋਲੀਡੇਟ ਕਰ ਸਕਦੇ ਸਨ ਜਾਂ ਕੁਝ ਐਸੀ ਚੀਜ਼ਾਂ ਕਰ ਸਕਦੇ ਰਹੇ ਜਿਹੜੀ ਆ ਵਿਕਟਰੀ ਨੂੰ ਆਯੋਕੀ ਨਹੀਂ ਬਣਾ ਦੇ ਨੇ ਲੇਕਿਨ ਇਹ ਉਹਨਾਂ ਕੋਲ ਦੀ ਸਟੋਰੀ ਹੈ ਠੀਕ ਹੈ ਉਹ ਹੋ ਗਿਆ ਇਲੈਕਸ਼ਨ ਉਹਨਾਂ ਕਾਲ ਕਰ ਦਿੱਤੇ ਇਲੈਕਸ਼ਨ ਕੈਂਪੇਨ ਜਿਹੜੀ ਇਹ ਇਹ ਯੂਕੇ ਦੀ ਹਿਸਟਰੀ ਦੀ ਮੋਸਟ ਡਿਵਾਈਸਿਵ ਕਿਸਮ ਦੀ ਕੈਂਪੇਨ ਹੈ ਅਸੀਂ ਅਮਰੀਕਾ ਜਾਂ ਬਾਕੀ ਜਗ੍ਹਾ ਸੁਣਿਆ ਹੈ ਕਿ ਬੜੇ ਹੋ ਜਾਂਦਾ ਹੈ ਐਦੇ ਵਿੱਚ ਜਿੰਨੇ ਪਰਸਨਲ ਅਟੈਕ ਹੋਏ ਨੇ اور جتنی کنٹیسٹ کیتا ہے فرام لیفٹ، رائٹ ایوری ویئر ٹھیک ہے بیکاز آف لاٹ آف ایشوز جڑے کئی انٹرنل نے کئی ایکسٹرنل بھی ہے سن گلوبل پالیٹکس کتنے یو کے اپنے آپ پلیس کر رہے ہیں تو اس لحاظ سے جڑا ہے ਐ ਡਿਬੇਟ ਜਿਹੜੀ ਬਹੁਤ ਪਰਸਨਲ ਵੀ ਹੋ ਗਈ ਹੈ ਐਥੇ ਵੀ ਪੀਐਮ ਲੈਵਲ ਤੇ ਜਿਹੜੀ ਪ੍ਰਾਈਮ ਮਿਨਿਸਟਰਲ ਡਿਬੇਟਸ ਐ ਕੈਂਡੀਡੇਟ ਦੀ ਉਹ ਇਤਨਾ ਫੀਅਰਸ ਯੂਕੇ ਚ ਨਹੀਂ ਹੁੰਦੀ ਹੁੰਦੀ ਅਸਾਂ ਜਿਸ ਇਸ ਦਫਾ ਹੋਈ ਹੈ ਤੇ ਐ ਐਜ਼ ਅ ਬੈਕਗਰਾਉਂਡ ਹੈ ਲੇਕਿਨ ਉਹਦੇ ਹੋਇਆ ਹੈ ਕਿ 4 ਤਾਰੀਖ ਜਦੋਂ ਇਲੈਕਸ਼ਨ ਦਾ ਰਾਤੀ ਰਿਜ਼ਲਟ ਆਣਾ ਸ਼ੁਰੂ ਹੋਏ ਤੇ ਇਹ ਤਾਰੀਖ ਹੀ ਚੇਂਜ ਆ ਗਈ ਹੈ ਹਿਸਟਰੀ ਚੇਂਜ ਨਹੀਂ ਹੋਇਆ ਹੈ ਕਿ ਇਹ ਪਾਰਟੀ ਜਿਹੜੀ ਹੈ ਅ ਅਗਰ ਦੇਖੋ ਤੁਸੀਂ ਜਿਤਨ ਵਾਲੀ ਪਾਰਟੀ ਲੇਬਰ ਪਾਰਟੀ ਜਿਹੜੀ ਹੈ ਉਹ ਆਪੀ ਤਾਰੀਖ ਦੀ ਸੈਕਿੰਡ ਲਾਰਜੈਸਟ ਵਿਕਟਰੀ ਉਹ ਲੈ ਕੇ ਬਾਤ ਨਿਕਲੀ ਹੈ ਟੋਨੀ ਬਲੇ ਟੋਨੀ ਬਲੇਰ ਤੋਂ ਸਿਰਫ ਚਾਰ ਸੀਟਾਂ ਕਾਟੇ ਨਾਲ ਮਿਲੀਆਂ ਨੇ ਰਾਈਟ ਸੋ ਇਨ ਅਸੈਂਬਲੀ ਆਫ 4650 ਟਿਲ ਲਾਸਟ ਐਲੀ ਦੇ ਹੈਵ ਗਾਟ 412 412 ਤੇ ਇਹਨਾਂ ਨੂੰ ਸਾਦਾ ਸੀਰੀਅਸ ਲਈ ਚਾਹੀਦੇ ਸੀ 350 ਲੋਕੀ ਕਹਿ ਰਹੇ ਸੀ ਕਿ ਚਾਹ 355 350 ਇਹ ਪਤਾ ਕਿ ਲੱਗ ਗਿਆ ਸੀ ਕਿ ਲੇਬਰ ਦੀ ਗਵਰਨਮੈਂਟ ਆਉਣ ਲਈ ਲੇਕਿਨ ਐਨੀਬਾਡੀ ਇੰਨਾ ਲੈਂਡਸਲਾਈਡ ਹੋਏਗਾ ਉਹ ਤੇ ਕਈ ਬੰਦੇ ਕਹਿੰਦੇ ਕਿ ਲੇਬਰ ਹਾਲੇ ਤੱਕ ਸੋਚਦੀ ਕਿ ਅਸੀਂ ਕੋਈ ਸੁਪਨਾ ਵੇਖ ਰਹੇ ਹਾਂ ਕੀ ਹੋਇਆ ਆਪੇ ਅੱਖੀਆਂ ਮਲਦੇ ਪਏ ਨੇ ਕਿ ਐਥਰਨਲ ਇੰਨਾ ਇੰਨੀ ਜ਼ਿਆਦਾ ਸੀਟਾਂ ਸਾਨੂੰ ਕਿਵੇਂ ਮਿਲ ਗਿਆ ਸੋ ਉਹਨਾਂ ਦੀ ਹਿਸਟੋਰੀਕ ਵਿਕਟਰੀ ਔਰ ਦੂਜੀ ਜਿਹੜੀ ਪਾਰਟੀ ਜਿਹੜੀ ਗਵਰਨਮੈਂਟ ਸੀ ਰਿਸ਼ੀ ਸੁਨਾਰਕੀ ਪਾਰਟੀ ਕਨਜ਼ਰਵੇਟਿਵ ਪਾਰਟੀ ਉਹ ਆਪਣੀ ਤਾਰੀਖ ਦੀ ਵਸ ਡਿਬੇਟ ਇਹ 1800 ਕੋਈ 34 35 ਤੋਂ ਬਾਅਦ ਜਦੋਂ 100 ਸਾਲ ਤੋਂ ਜ਼ਿਆਦਾ ਅਰਸਾ ਹੋਇਆ ਇੰਨੀ ਬੁਰੀ ਤਰ੍ਹਾਂ ਕਨਜ਼ਰਵੇਟਿਵ ਪਾਰਟੀ ਨਹੀਂ ਹਾਰੀ ਵਾਹ ਇਹ ਬਹੁਤ ਬੜੀ ਚੀਜ਼ ਹੈ ਯਾਨੀ ਕਿ 212 ਸੀਟਾਂ ਥੱਲੇ ਆ ਗਏ ਨੇ ਵਾਹ ਆਈ ਮੀਨ ਜੀ ਜੀ ਤੇ ਇਹ ਇੰਨਾ بڑا ਜਿਹੜੀ ਇੱਕ ਬਿਲਕੁਲ ਇੱਕ ਨਾ ਰਹਿ ਕੇ ਬਿਲ ਕੰਪਲੀਟਲੀ ਇੱਕ ਸ਼ਾਕਿੰਗ ਰਿਜ਼ਲਟ ਨੇ ਜਿੰਨੀ ਪ੍ਰੈਡਿਕਸ਼ਨ ਮੌਜੂਦ ਸੀ ਉਸ ਦੇ ਬਾਵਜੂਦ ਜਿਹੜਾ ਹੈ ਔਰ ਖਾਸ ਤੌਰ ਤੇ ਇਹਨਾਂ ਦੋ ਪਾਰਟੀਆਂ ਨੂੰ ਲੈ ਕੇ ਤੇ ਹੈ ਹੀ ਸ਼ੌਕ ਹੈ ਉਹਦੇ ਬਾਅਦ ਤੁਸੀਂ ਦੇਖੋ ਕਿ ਬਾਕੀ ਜਿਹੜੀਆਂ ਚੇਂਜਸ ਆ ਰਹੀਆਂ ਨੇ ਜਿੱਥੇ ਤੁਹਾਨੂੰ ਪਤਾ ਹੈ ਅਨਲਾਈਕ ਅਮਰੀਕਾ ਇਥੇ ਇੱਕ ਮਲਟੀ ਪਾਰਟੀ ਸਿਸਟਮ ਹੈ ਤੇ تیسرے نمبر تے جیڑی پارٹی آئی ہے پچھلی دفعہ انہوں کو صرف نو سیٹاں سن اس ویتر سے چلے گئے ہیں لبرل ڈیموکریٹ اینڈ لبرل ڈیموکریٹ کی اے سو سال جدوں پارٹی بنی سو mm -hmm. ایک سو پانچ سال ہوئے ہیں ایک سو پانچ سال پہلی دفعہ وہ وڈی وی سیٹا لے کے نکل رہے ہیں mm -hmm. اسی طرح گرین پارٹی

ਵਿਕਟਰੀ ਜਿਹੜੀ ਹੈ ਮੀਲਾ ਤੇ ਸਪਰੈਡ ਕਰਦੀ ਏ ਪਰ ਐ ਇੰਨੀ ਜੀਏ ਥਿਕਨੈਸ ਬੜੀ ਥੋੜੀ ਏ ਕਿਉਂਕਿ ਮਾਰਜਨ ਇੰਨਾ ਥੋੜੇ ਨਾਲ ਮਾਰ ਕੇ ਜਿੱਤੇ ਨੇ ਨੰਬਰ ਆਫ ਸੀਡਸ ਐਕਚੁਅਲੀ ਡੋਨਟ ਟੈਲ ਦ ਸਟੋਰੀ ਨੰਬਰ ਜਿਹੜਿਆ ਨੇ ਹੁੰਦੇ 412 ਕਿ ਮਸ ਜਿੱਤੇ ਮਸੇ ਜਿੱਤੇ ਨੇ ਯਾਨੀ ਕਿ ਉਹਨਾਂ ਦਾ ਅਗਰ ਇਹ ਕਹੋ ਕਿ ਇਹ ਲੇਬਰ ਦੀ ਜਿੱਤ ਹੋਈ ਏ ਤੇ ਕਹਿਣਾ ਜਿਹੜਾ ਇਹ ਹਾਫ ਆਫ ਦਾ ਸਟੋਰੀ ਹੋ ਸਕਦਾ ਹੈ ਬਲਕਿ ਮੈਂ ਤਾਂ ਕਹਾਂਗਾ ਇਹ ਤੇ 30% ਆਫ ਦਾ ਸਟੋਰੀ ਹੈ 70% ਆਫ ਦਾ ਸਟੋਰੀ ਇਹ ਕਿ ਟੋਰੀਜ਼ ਹਾਰ ਗਏ ਨੇ ਇਸ ਬੁਰੀ ਤਰ੍ਹਾਂ ਹਾਰੇ ਨੇ ਇਹ ਲੇਬਰ ਦੀ ਜਿੱਤ ਨਹੀਂ ਹੈ ਸੱਚੀ ਪੁੱਛੋ ਤਾਂ ਲੇਬਰ ਲੇਬਰ ਗਾਟ ਲੱਕੀ ਕੋਨ ਨੂੰ ਉਹ ਬੈਗੀ ਮਿਲ ਗਈ ਜਿੱਤ ਲੇਕਿਨ ਇਹ ਲੇਬਰ ਦੀ ਜਿੱਤ ਨਹੀਂ ਹੈ ਮੋਰ ਥੈਨ ਐਸ ਅ ਵਿਕਟਰੀ ਫॉर ਲੇਬਰ ਇਸ ਡੀਫੀਟ ਫॉर ਟੋਰੀ ਪਾਰਟੀਆਂ ਵਾਓ ਸੋ ਸੋ ਆਈ ਹੈਵ ਟੂ ਰੀਰੀਟੇਰੇਟ ਮੇਰੇ ਦਸ਼ਕਾਂ ਦੇ ਲਈ ਇੱਕ ਵਾਰੀ ਫਿਰ ਦੁਹਰਾਉਣਾ ਚਾਹੁੰਦੀ ਆ ਲੇਬਰ ਜੋ ਕਿ ਪ੍ਰੋਗਰੈਸਿਵ ਜਿਆਦਾ ਲੈਫਟ ਲੀਨਿੰਗ ਪੋਲਿਸੀਜ਼ ਨਾਲ ਜੁੜੀ ਹੋਈ ਪਾਰਟੀ ਹੈਗੀ ਉਹਨਾਂ ਦੀ ਇਹ ਜਿੱਤ ਪਾਵੇ ਪੇਪਰ ਪਾਵੇ ਸੀਟਾਂ ਤੇ ਜ਼ਰੂਰ ਲੱਗਦੀ ਹੈ ਬਟ ਮੋਰ ਸੋ ਜੋ ਕੰਜ਼ਰਵੇਟਿਵ ਪਾਰਟੀ ਹੈਗੀ ਜਿਨ੍ਹਾਂ ਨੂੰ ਤੁਸੀਂ ਟੋਰੀਜ਼ ਕਹਿੰਦੇ ਹੋ ਉਹਨਾਂ ਦੀ ਬਹੁਤ ਵੱਡੀ ਹਾਰ ਹੋਈ ਹੈ ਇੱਕ ਕਿਸਮ ਦੀ ਪਬਲਿਕ ਨੇ ਉਹਨਾਂ ਨੂੰ ਰਿਜੈਕਟ ਕੀਤਾ ਹੈ ਕਿ ਤੁਸੀਂ ਪਿਛਲੇ 14 ਸਾਲਾਂ ਤੋਂ ਪਿਛਲੇ 5 ਪ੍ਰਾਈਮ ਮਿਨਿਸਟਰਜ਼ ਹੇਠ ਜੋ ਕੁਝ ਕਰਦੇ ਆ ਰਹੇ ਹੋ ਉਹ ਸਾਨੂੰ ਹੁਣ ਮਨਜ਼ੂਰ ਨਹੀਂ ਹੈ ਬਿਫੋਰ ਵੀ ਗੈਟਿੰਗ ਸੇ ਡੀਟੇਲਸ ਆਫ ਥੈਟ ਐਂਡ ਕਾਸ ਕਰਕੇ ਤੁਹਾਡੇ ਫਾਰਮਰ ਪ੍ਰਾਈਮ ਮਿਨਿਸਟਰ ਰਿਸ਼ੀ ਸੂਨੈਕ ਉਮ ਉਹਨਾਂ ਦੀ ਕੁਝ ਫੀਲਿੰਗਸ ਯਾ ਮਿਸਗਿਵਿੰਗਸ ਨੂੰ ਲੈ ਕੇ ਆਈ ਵਾਣਾ ਲਰਨ ਅ ਲਿਟਲ ਬਿਟ ਅਬਾਊਟ ਯਰ ਨਿਊ ਪ੍ਰਾਈਮ ਮਿਨਿਸਟਰ ਇਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਕੀ ਸਾਨੂੰ ਤੁਸੀਂ ਦੱਸ ਸਕਦੇ ਹੋ ਆਪਦੇ ਨਵੇਂ ਪ੍ਰਾਈਮ ਮਿਨਿਸਟਰ ਬਾਰੇ ਹਾਂ ਯਰ ਪ੍ਰਾਈਮ ਜਿਹੜੇ ਨੇ ਐਸਰ ਕੀ ਸਟਾਮਰ ਨੇ ਇਹਨਾਂ ਅਨੁਸਾਰ ਕਹਿੰਦੇ ਸਨ ਬਲਕਿ ਪਹਿਲੀ ਪ੍ਰੈਸ ਕਾਨਫਰੈਂਸ ਤੁਹਾਨੂੰ ਕਰਨ ਨੂੰ ਸਰ ਕਰਨ ਤੁਸੀਂ ਛੋੜ ਦਿਓ ਮੈਂ ਸਿਰਫ ਕੀ ਹੈ ਕਿ ਆਇਆ ਕਰੋ রাইਟ ਸੋ ਕੇਸ ਟਾਰਮਰ ਡੀ ਡੀ ਇਹ ਇਹਨਾਂ ਦਾ بڑے ਤੁਸੀਂ ਕਹੋ ਕਿ ਮਿਡਲ ਆਫ ਦਾ ਰੇਂਜ ਕਿਸਮ ਦੇ ਪੋਲੀਟੀਸ਼ੀਅਨ ਨੇ ਬਹੁਤਾ ਬੋਲਦੇ ਨਹੀਂ ਨੇ ਅਨਲਾਈਕ ਟੋਨੀ ਬਲੇਅਰ ਇਹ ਬਹੁਤ ਖੁੱਲ ਕੇ ਆਪਣੇ ਬਾਰੇ ਗੱਲ ਨਹੀਂ ਕਰਦੇ ਇਹ ਕੋਈ ਨਰ ਕੋਈ ਪੌਪਪਨ ਸ਼ੋ ਹੀ ਨਾ ਦਰ ਨੇ ਇਹ ਬੜੇ ਧੀਮੇ ਜਿ ਮਿਡਲ ਆਫ ਦਾ ਗਰਾਉਂਡ ਦੇ ਗੱਲਾ ਕਰਦੇ ਨੇ ਤੇ ਐਸ ਫਾਰ ਹਿਸ ਬੈਕਗਰਾਉਂਡ ਇਸ ਕਨਸਰਨ

زیادہ ہی بور ہونے لگ پی جیسے لے ایڈا کہ ہر دفعہ دس دیو کہ میں کتھے پیدا ہوا میں کی کیتا؟ لیکن پھر یہ کیتا کہ یہاں کی ایک گرافی بڑی اچھی آئی ہے وہ بایوگرافی دیکھ دوست نے انہا نے لکھی لیبر پارٹی دے پرانے کمیونکیشن ڈائریکٹر ہے تو وہ بڑا اچھا انسائٹ دے دی ہے کہ دے کے بیک گراؤنڈ کی ہے وٹ ہی از ایکچولی ہی واز ان اے ویری فور بیک گراؤنڈ ورکنگ کلاس فیملی پیدا ہوا ਔਰ ਫੈਮਿਲੀ ਜਿਹੜੀ ਹੈ ਬਹੁਤ ਹੀ ਹੰਬਲ ਸਟਰਗਲਿੰਗ ਫੈਮਿਲੀ ਆ ਇਹਦੇ ਵਾਲਦਾ ਜਿਹੜੇ ਨੇ ਉਹ ਬਹੁਤ ਹੀ ਕ੍ਰੋਨਿਕਲੀ ਬਿਮਾਰ ਰਹੇ ਨੇ ਸਾਰੀ ਉਮਰ ਇਹ ਚਾਰ ਪੈਣਾ ਪਰ ਆਸਰ ਸਭ ਤੋਂ ਵੱਡੇ ਇਹ ਨੇ ਵਾਲਦ ਜਿਹੜੇ ਨੇ ਉਹ ਵੀ ਐ ਛੋਟਾ ਮੋਟਾ ਕੰਮ ਕਰਦੇ ਸਨ ਇਸੈਂਸ਼ੀਅਲੀ ਹੀ ਸੇਜ਼ ਹੀ ਵਾਸ ਅ ਟੂਲ ਮੇਕਰ ਪਰ ਉਸੇ ਤੇ ਕੋਈ ਦੁਕਾਨ ਵੀ ਆਪੀ ਬਣਾ ਲੇਤੀ ਤੇ ਟੂਲ ਦਾ ਕਾ ਬੜਾ ਵੈਰੀ ਹੰਬਲ ਬੈਕਗ੍ਰਾਉਂਡ ਦਾ ਆਦਮੀ ਉਥੋਂ ਉਠਿਆ ਹੈ ਚਾਰ ਪੈਣਾ ਪਰਾਂ ਵਿੱਚੋਂ ਐਂਡ ਹੀ ਮੇਡ ਅ ਫਿਊਚਰ ਫਾਰ ਹਿਮਸੈਲਫ ਇਹ ਵਾਹਿਦ ਬੰਦਾ ਹੈ ਚਾਰ ਪੈਣਾ ਪਰਾਂ ਵਿੱਚ بلکہ اپنے خاندان اس لارج ضرورے پر ہی ویکھو تو واحد منڈا ہے جڑا یونیورسٹی گیا ہے اور یونیورسٹی بھی وہ چونی اس جلدی اوپر کام شروع کر دیتا پھر یونیورسٹی چونی ہے جا کے وہ پہنچے ہیں لاؤ کر رہا اور آکسورڈ پہنچ گیا ہے ٹھیک ہے اور تو بندے نے لاؤ کیتا ہے پھر ہی بکیو ہے بیریسٹر اور ویری سکسیسفل بیریسٹر اور اس میں لے بیریسٹری شروع کی تھی جسے لے اچھا ویلیوز جو دے ہوئے گلے بہمبل بیگراؤنڈ لگتا ہے کہ وہ پھر لے نہیں کیونکہ اینا اگر پیسہ تو ہی ویکھو بڑا پیسہ ہے یوکے ویچ تو اسی روڑا پر آ دیو لیکن ایت دائٹ ٹائم ہی چوز ا فیلڈ جیڈی جیدیج پیسے کوئی نہیں سن wow. آج سکتی سال پہلے نا ہیومن رائٹس پریکٹس کرنا شروع کی تھا سو ہی بیکھیم بیسیکلی اسینشلی لائیر فر آل دوز کیسز یونین دے کیس یعنی ان دے وچ نہیں ہوندا بیسیکلی مکڈونلڈ دے خلاف کی مکڈونلڈ نال لڑ سکتا سی مکڈونلڈ دے خلاف نے کیس کیتا اچھا تمام جڑے ایک فیکٹری ہے جس آؤٹ لندن اوتھے دے مزدوراں دے حقے تین دفعہ او لے کے گئے نے پھر انٹرنیشنللی ہر جگہ تے جڑے اے لے کے گئے فائٹنگ فار ایون فار ذوز پیپل مرڈر کیسز کرمنل کیسز نال بھی اس کیتے نے

He is somebody who is dead against death sentence. So okay, death sentence. Keseli. Anyway, this is his background, and then comes so, his political. Career. I was gonna say, but but agar usi background di galat hai kariye, because in the United States se is a bahut This individual, jo toh Prime Minister Akir Starmer. ਇਜ਼ ਅ ਮੈਨ ਆਫ ਦ ਪੀਪਲ ਲੋਕਾਂ ਦੇ ਹੱਕ ਦੇ ਲਈ ਆਪ ਦੀ ਆਵਾਜ਼ ਆਪ ਦਾ ਸਕਿੱਲ ਸੈਟ ਆਪ ਦੀ ਕਲਾ ਨੂੰ ਇਸਤੇਮਾਲ ਕਰਨ ਵਾਲਾ ਇਹ ਇੰਡੀਵਿਜੂਅਲ ਹੁਣ ਪ੍ਰਾਈਮ ਮਿਨਿਸਟਰ ਬਣਿਆ ਆਈ ਡੂ ਵਾਂਟ ਟੂ ਟਾਕ ਅਬਾਊਟ ਦ ਪੋਲਿਟਿਕਸ ਐਂਡ ਖਾਸ ਕਰਕੇ ਕਿਨ ਪਾਲਿਸੀ ਪਲੇਟਫਾਰਮਸ ਕਿਨ ਪਲੇਜਸ ਉੱਤੇ ਲੇਬਰ ਪਾਰਟੀ ਦਾ ਜੋ ਸਕਸੈਸ ਅਸੀਂ ਵੇਖ ਰਹੇ ਹਾਂ ਉਹ ਅੱਗੇ ਆਇਆ ਹੈ ਕੀਰ ਸਟਾਰਮਰ ਦੀ ਲੀਡਰਸ਼ਿਪ ਅੱਗੇ ਆਈ ਹੈ ਯੂਕੇ ਦੇ ਵਿੱਚ ਇੱਕ ਨਵਾਂ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਕੀਰ ਸਟਾਰਮਰ ਲੇਬਰ ਪਾਰਟੀ ਦੀ ਜਿੱਤ ਬਹੁਤ ਵੱਡੇ ਲੈਵਲ ਤੇ ਇਸ ਵੇਲੇ ਸੈਲੀਬ੍ਰੇਟ ਵੀ ਹੋ ਰਹੀ ਹੈ ਬਟ ਲੇਬਰ ਦਾ ਕੋਈ ਜੋ ਤੁਸੀਂ ਕਹਿ ਲਓ ਇੱਕ ਮੰਡੇਟ ਹੈਗਾ ਜੋ ਉਹਨਾਂ ਦੇ ਅੱਗੇ ਰੋਡ ਹੈਗੀ ਉਹ ਕੋਈ ਨਹੀਂ ਆਸਾਨ ਵੀ ਨਹੀਂ ਹੈਗੀ ਅਸੀਂ ਸਾਰੇ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਨਾਲ ਜੁੜੇ ਹਨ ਲੰਡਨ ਤੋਂ ਪੋਲਿਟੀਕਲ ਐਨਾਲਿਸਟ ਐਂਡ ਜਰਨਲਿਸਟ ਸਲੀਮ ਐਮ ਜੀ ਐਮ ਜੀ ਵੈਲਕਮ ਬੈਕ ਐਮ ਜੀ ਤੁਸੀਂ ਇਹ ਚੀਜ਼ਾਂ ਨੂੰ ਬਹੁਤ ਕਰੀਬੀ ਦੇ ਤੌਰ ਤੇ ਫੋਲੋ ਕਰਦੇ ਹੋ ਸਟੱਡੀ ਕਰਦੇ ਹੋ so i'm really glad i appreciate your time and ਤੁਹਾਡੀ ਅਨਾਲਿਸਿਸ ਇਸ ਨਵੇਂ ਪੋਲਿਟੀਕਲ ਸ਼ਿਫਟ ਨੂੰ ਲੈ ਕੇ 14 ਸਾਲਾਂ ਬਾਅਦ ਪਰ ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸ ਰਹੇ ਸੀ ਜੋ ਐਕਚੁਅਲੀ ਹਿਸਟੋਰੀਕਲ ਚੇਂਜ ਆਇਆ ਹੈ ਉਹਦੀ ਇੱਕ 100 ਤੋਂ ਵੀ ਵੱਧ ਸਾਲਾਂ ਦੀ ਪ੍ਰੈਸੀਡੈਂਟ ਹੈਗੀ ਕਿ ਪਹਿਲੀ ਵਾਰ 100 ਤੋਂ ਵੱਧ ਸਾਲਾਂ ਦੇ ਵਿੱਚ ਹਿਸਟਰੀ ਦੇ ਵਿੱਚ ਇੰਨੀ ਵੱਡੀ ਮਾਰਜਿਨ ਦੇ ਨਾਲ ਅਸੀਂ ਇਹੋ ਜਿਹਾ ਸ਼ਿਫਟ ਦੇਖਿਆ ਹੈ ਕੰਜ਼ਰਵੇਟਿਵ ਪਾਰਟੀ ਪੁਰੀ ਪਾਰਟੀ ਦੀ ਹਾਰ ਦੇਖੀ ਐ ਅਮ ਕਿਨ ਪਲੈਜਸ ਉਤੇ ਪੋਲਿਸੀ ਪਲੈਟਫਾਰਮਸ ਉਤੇ ਲੇਬਰ ਪਾਰਟੀ ਪ੍ਰਾਈਮ ਮਿਨਿਸਟਰ ਸਟਾਰਮਰ ਅੱਗੇ ਆਏ ਹਨ ਅ ਜਿੱਦ ਤੱਕ ਇਹਨਾਂ ਦਾ ਪੋਲਿਸੀ ਜਾਂ ਮੈਨੀਫੈਸਟੋ ਦਾ ਤਾਲੁਕ ਹੈ ਅਗਰ ਇਹਨਾਂ ਦੀ ਆਪ ਵੀ ਜਰਰੀ ਵਿਵੇਖੋ ਕਿ ਇਹ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦੋਨੋਂ ਇਲੈਕਸ਼ਨ ਜਿਹੜੇ ਨੇ ਉਸ ਵੇਲੇ ਇਹਨਾਂ ਨੂੰ 10 ਸਾਲ ਹੋ ਗਏ ਨੇ ਪੋਲਿਟਿਕਸ ਚ ਆਇਆ ਹੋ ਠੀਕ ਹੈ ਮੈਂ ਗੱਲ ਕਰ ਰਿਹਾ ਕਿ ਲਾ ਦਾ ਬੈਕਗਰਾਉਂਡ ਸੀ ਫਿਰ ਪੋਲਿਟਿਕਸ ਚ ਆਇਆ ਉਸ ਤੋਂ ਪਹਿਲੇ ਜਨੂਨ ਸਰ ਦਾ ਖਿਤਾਬ ਹੀ ਮਿਲਿਆ ਤੇ ਗਵਰਨਮੈਂਟ ਨਾਲ ਕੰਮ ਕਰ ਰਹੇ ਸਨ ਇੱਕ ਕਰਾਉਨ ਪ੍ਰੋਸੀਕਿਊਸ਼ਨ ਜੇ ਸਰਵਿਸਿਜ਼ ਨੇ ਜਿਹੜਾ ਜੇਲ੍ਹਾਂ ਨੂੰ ਵੇਖਦਾ ਹੈ ਕੈਦੀਆਂ ਨੂੰ ਉੱਦੀ ਜਿਹੜੇ ਨੇ ਇਹ ਡਾਇਰੈਕਟਰ ਸਨ ਉੱਥੇ ਨਾ ਬਹੁਤ ਜ਼ਬਰਦਸਤ ਕੰਮ ਕੀਤਾ ਗਵਰਨਮੈਂਟ ਨਾਲ ਤੇ ਉੱਥੇ ਹੀ ਨਾ ਸਰ ਦਾ ਨਾਈਟਹੁਡ ਮਿਲੀ ਟਾਈਟਲ ਮਿਲੇ ਐਨੀਵੇ ਪੋਲਿਟਿਕਸ ਦੀ ਗੱਲ ਤੇ ਤੁਹਾਨੂੰ ਯਾਦ ਹੋਏਗਾ ਉਸੇ ਜਰਮੀ ਕਾਰਬਨ ਜਿਹੜੇ ਨੇ ਉਹ ਲੇਬਰ ਪਾਰਟੀ ਦੇ ਹੈਡ ਸਨ ਔਰ ਜੈਰਮੀ ਕਾਰਬਨ ਕਾਰਬਨ ਜਿਹੜੇ ਨੇ ਉਹ ਐਕਸਟ੍ਰੀਮ ਲੈਫਟ ਵੈਰੀ ਲੈਫਟ ਲੀਨਿੰਗ ਪੋਲੀਟਿਸ਼ੀਅਨ ਰਾਈਟ ਐ ਤਾਂਡੇ ਜਿਹੜੇ ਸੇ ਆਪਣਾ ਕੀ ਨਾਮ ਹੈ ਯੂ ਐਸ ਵਾਲੇ ਜਿਨ੍ਹਾਂ ਨੂੰ ਡੈਮੋ ਲਾਸਟ ਟਾਈਮ ਡੈਮੋਕ੍ਰੈਟਿਕ ਪਾਰਟੀ ਨੇ ਨਹੀਂ ਸੀ ਕੀਤਾ ਆਪਣਾ ਐਨੀਵੇ ਉਹਨਾਂ ਦੇ ਪੇਟੀ ਪਾਈ ਸਮਝੋ ਇਹਨਾਂ ਨੂੰ ਠੀਕ ਹੈ ਐਨੀਵੇ ਸੋ ਇਹ ਜਿਹੜੇ ਨੇ ਜਰਮੀ ਕੋਰਬਨ ਉਸੇ ਲਈ ਉਹ ਪਾਰਟੀ ਹੈਡਸਨ ਤੇ ਉਸ ਉਸ ਉਸੇ ਲਈ ਇਹਨਾਂ ਜੁਆਇਨ ਕੀਤਾ Coming back to what he stands for, or what the Labour Party has been pledging and saying, Oh, the which in the it left to because he had taken the party to proper left, left very liberal, very inclusive, and on position the position international affairs, which they even uh, Israel-Gaza conflict, have any such the views assessment, which they balance to تو لوگ نے کہ اچھا یہاں شروع تے وہ چیزاں لے لیتی ہیں ایز پارٹی ہیڈ کہ اچھا ٹھیک ہے جی وی also سٹینڈ فار these تھنگ لیکن ٹائم جڑے نے انا, انا تو دور ہون دے گئے ہی براڈ دا پارٹی مور ٹوور سینٹر ٹھیک ہے کہ جتنے او یہاں دی لاجک اے سی کہ جی اے پارٹی جی دی بلیف ہی بے اس اس پولیٹیل آئیڈیالوجی

ਲਕਿ ਇਥੇ ਤੱਕ ਇਹ ਚੱਲੇਗੇ ਨੇ ਕਿ ਯਾਦ ਹੈ ਤਾਂ ਬ੍ਰੈਕਸਿਟ ਤੇ ਅਸੀਂ ਰੈਫਰੈਂਡਮ ਕਰਾਇਆ ਸੀ ਜਿਸ ਦੇ ਪੁਖਤਾਨ ਪੁਗਤ ਰਿਹਾ ਹੈ ਮੁਲਕ ਨਾਲ ਉਹਦੇ ਬਾਅਦ ਨਾ ਤੇ ਉਸੇ وجہ ਨਾਲ ਟੋਰੀ ਪਾਰਟੀ ਜਿਹੜੀ ਹੈ ਉਹ ਉਹਨਾਂ ਨੂੰ ਦੇਸ਼ ਨਕਾਲਾ ਮਿਲਿਆ ਕਿ ਉਹਨਾਂ ਨੇ ਬ੍ਰੈਕਸਿਟ ਕਰਾ ਬੈਠੇ ਸਨ ਤੇ ਹੀ ਸੈਡ ਕਿ ਬ੍ਰੈਕਸਿਟ ਤੇ ਅਸੀਂ ਜਿਹੜੇ ਆ ਰੀਕਨੈਕਟ ਕਰਾਂਗੇ ਇਹ 1.2 ਨੇ ਕਹਿ ਦਿੱਤਾ ਅਸੀਂ ਦੁਬਾਰਾ ਰੈਫਰੈਂਡਮ ਲਈ ਤਿਆਰ ਆ ਤੇ ਫਿਰ ਉਹਨਾਂ ਕਹੇ ਕਿ ਦੁਬਾਰਾ ਰੈਫਰੈਂਡਮ ਵੀ ਹੋ ਸਕਦਾ ਹੈ ਐਦੇ ਵਿੱਚ ਵੀ ਲੋਕਾਂ ਦੀ ਆਪਸ਼ਨ ਜਿਹੜੀ ਆ ਦੇਾਂਗੇ ਕਿ ਜੋ ਰਿਮੇਨ

ਹਰ ਡਿਫਰੈਂਟ ਮੂਲਕਾਂ ਨਾਲ ਇੰਡੀਵਿਜੂਅਲੀ ਰਾਬਤੇ ਦੁਬਾਰਾ ਵਧਾਵੇ ਇਹ ਗਲੋਬਲ ਆਲਾ ਤੁਸੀਂ ਬੁਖਾਰ ਰਹਿਣ ਦਿਓ ਆਪਣਾ ਠੀਕ ਹੈ ਉਹ ਕਹਿੰਦੇ ਗਲੋਬਲ ਗਲੋਬਲ ਕੋਈ ਨਹੀਂ ਰਿਹਾ ਹੁਣ ਤੁਸੀਂ ਐਲਾਈਅੰਸਸ ਇੰਡੀਵਿਜੂਅਲੀ ਬਣਾਓ ਇੰਡੀਵਿਜੂਅਲੀ ਬਣਾਓ ਰੀਕਨੈਕਟ ਕਰੋ ਅਫਰੀਕਾ ਨਾਲ ਰੀਕਨੈਕਟ ਕਰੋ ਯੂਰਪ ਨਾਲ ਸੋ ਥੀਸ ਆਰ ਦ ਥਿੰਗਸ ਬਟ ਅਨਦਰ ਲਾਰਜਰ ਪਲੇਜਸ ਐਸਨ لیکن انہاں دا ایک جڑی سینٹرل ہو رہی ہے اور پارلیمنٹ جیسے ہی نا اوت لیتا ہے اور پارلیمنٹ دا پہلا انہاں جڑا اجلاس ہلا ہے اودے جو ہی از ویری کین اون سرٹن تھنگز اینڈ ہی وِل ہی از ہمبل اینڈ ہی ہیو ٹو کم سارے اوور نائٹی ہو گئے yes. کیونکہ اینڈ ہی سےز کی تھری تھری گل کہ انہاں دے فارن پلیس

ਔਰ ਰਿਫਾਰਮਸ ਦੇ ਚਿਹਰੇ ਸਭ ਤੋਂ ਪਹਿਲੇ ਸਕੁਆਇਟ ਸਰਪ੍ਰਾਈਜ਼ਿੰਗਲੀ ਉਹਨਾਂ ਸਭ ਤੋਂ ਪਹਿਲੇ ਜਿਹੜਾ ਕੰਮ ਕੀਤਾ ਹੈ ਉਹ ਪ੍ਰਿਜ਼ਨ ਰਿਫਾਰਮ ਤੇ ਕਰਨਾ ਸ਼ੁਰੂ ਕਰ ਦਿੱਤਾ ਬਿਕੋਜ਼ ਹੀ ਇਜ਼ ਅ ਲਾਇਰ ਹੀ ਹੈਜ਼ ਅ ਵੈਰੀ ਸਟਰੋਂਗ ਬੈਕਗ੍ਰਾਉਂਡ ਔਰ ਅਗਰ ਤੁਹਾਨੂੰ ਯਾਦ ਹੈ ਪਿਛਲੇ ਅਰਸੇ ਤੇ ਕਾਫੀ بڑا ਇਸ਼ੂ ਬਣਿਆ ਸੀ ਯੂਕੇ ਵਿੱਚ ਕਿ ਪ੍ਰਿਜ਼ਨ ਕਪੈਸਿਟੀ ਐਂਡ ਹੀ ਸੇਜ਼ ਕਿ ਲੋਟ ਆਫ ਪੀਪਲ 1/3 ਆਫ ਦ ਪੀਪਲ ਇਨ ਦ ਪ੍ਰਿਜ਼ਨ ਐਕਚੁਅਲੀ ਦੇ ਡੋਨਟ ਨੀਡ ਟੂ ਬੀ ਥੇਅਰ ਵਾਓ ਐਟ ਸੋਸਾਇਟੀ ਨੂੰ ਕ੍ਰਿਮੀਨਲਾਈਜ਼ ਜ਼ਿਆਦਾ ਕਰ ਦਿੱਤਾ ਹੈ ਇੰਜ ਕਰੋ ਇਹਨਾਂ ਲੋਕਾਂ ਨੂੰ ਬਾਹਰ ਕੱਢੋ ਔਰ ਇਹ ਉਹਨਾਂ ਦਾ ਕੰਪਲੀਟ ਟੇਕ ਡਿਫਰੈਂਟ ਔਰ ਜੇ ਰੱਬ ਦਾ ਬੰਦਾ ਉਹਨਾਂ ਨੂੰ ਬੁਲਾਇਆ ਹੈ ਕਮਿੰਗ ਬੈਕ ਟੂ ਕੈਬਨਟ ਐਂਡ ਦਿਸ ਕੈਬਨਟ ਆਲਸੋ ਤੁਹਾਨੂੰ ਦੱਸੇਗੀ ਕਿ ਉਹ ਕਰਨਾ ਕੀ ਚਾਹੁੰਦੇ ਨੇ and the cabinet <laughs> is very diverse eh vi baar baar assi sun rahe this um, uh, pm starmer vo uh, khud that i have the most diverse cabinet in history um ortanu uh, minorities nu promote kita you know these uh, pledges and the overall framework just ਹਾਰਡ ਪ੍ਰੋਸੈਸ ਦੇ ਨਾਲ um ਇਨ ਚੀਜ਼ਾਂ ਨੂੰ ਟੈਕਲ ਕੀਤਾ ਜਾ ਰਿਹਾ ਹੈ ਸਰਨਲੀ ਅ ਯੂ ਐਸ اے um ਇਨ ਸਾਰੀ ਚੀਜ਼ਾਂ ਤੋਂ ਬਹੁਤ ਕੁਝ ਸਿੱਖ ਸਕਦਾ ਹੈ ਬਟ ਬਿਫੋਰ ਵੀ ਗੈਟ ਟੂ ਦੈਟ ਰੀਲੀ ਕੁਇਕਲੀ um ਐਮੇਜੀ ਅਗਰ ਅਸੀਂ ਇੱਕ ਸੈਕਿੰਡ ਲਈ ਕੰਸਰਵੇਟਿਵ ਟੋਰੀਜ਼ ਉੱਤੇ um ਫਿਰ ਗੌਰ ਕਰੀਏ ਯੂ نو ਪ੍ਰਾਈਮ ਮਿਨਿਸਟਰ ਸੂਨੈਕ ਫੋਰਮਰ ਪ੍ਰਾਈਮ ਮਿਨਿਸਟਰ ਸੂਨੈਕ ਨੇ ਇਹ ਕਿਹਾ ਹੈ ਕਿ ਉਹ ਪੂਰੀ ਜ਼ਿੰਮੇਵਾਰੀ ਐਕਸੈਪਟ ਕਰਦੇ ਹਨ ਇਸ ਹਾਰ ਦੇ ਲਈ ਹੀ ਇਜ਼ ਗੋਇੰ ਟੂ ਸਟੈਪ ਡਾਊਨ ਐਸ ਪਾਰਟੀ ਲੀਡਰ ਕੀ ਤੁਹਾਨੂੰ ਲੱਗਦਾ ਹੈ ਕਿ ਭਾਵੇਂ ਉਹਨਾਂ ਦੀ ਲੀਡਰਸ਼ਿਪ ਭਾਵੇਂ ਟੋਰੀ ਪਲੈਟਫਾਰਮ ਵੱਲੋਂ ਕੀ ਸ਼ਾਰਟਕਮਿੰਗਸ ਸਿਗੀਆਂ ਜਿਹਦੇ ਕਰਕੇ ਇੰਨੀ ਵੱਡੀ ਰਿਜੈਕਸ਼ਨ ਉਹਨਾਂ ਨੂੰ ਮੁਲਕ ਦੇ ਵਿੱਚ ਮਿਲੀ ਇਹਦੇ ਵੈਸੇ ਉਹਨਾਂ ਦੇ ਤੁਸੀਂ ਗ੍ਰੇਟਿਡ ਦਿਓਗੇ ਬ੍ਰਿਟਿਸ਼ ਪੋਲੀਟੀਕਲ ਟਰੈਡੀਸ਼ਨਸ ਨੂੰ ਕਿ ਉਹਨਾਂ بڑے ਹੰਬਲ ਤਰੀਕੇ ਨਾਲ ਸਾਰੀ ਜ਼ਿੰਮੇਵਾਰੀ ਆਪਣੇ ਉੱਤੇ ਲੈ ਲੈਂਦੀ ਹੈ ਬਟ ਐਨੀਬਾਡੀ ਹੂ ਨੋਜ਼

کہ پارٹی جیڑی ہے کچھ وہ کہندے کچھ شہر دے لوگ بھی ظالم سر کوئی نہ بھی اپنے نلچنگی نہیں کی تھی یہ کیونکہ انہا دے آگا شروع جیڑا ہویا ہے سب تو جیڑا انہا لے کے بیٹھ گیا اور بریکسٹ دا فیصلہ سے بریکسٹ دا تنویا دے اور ڈیویڈ کیمرن نے کرایا اور ڈیویڈ کیمرن اس سے دی نظر ہو گئے اور وہ ٹور گئے ٹھیک ہے پہلے بریکسٹ تو سام دے رہے ہیں اور دے بعد نکلے نے تے کچھ ان لکی رہے کچھ ربونی آئیاں سن او کوویڈ نائنٹین آ گیا

ਅਗੇ ਆ ਕੇ ਜਿਹੜਾ ਫੇਲੀਅਰ ਇਹ ਨਾ ਦਾ ਫੇਲੀਅਰ ਇਹ ਵੇ ਅਗਰ ਇਹ ਅਗਰ ਕਹੋ ਕਿ ਇਸ ਓਵਰਆਲ ਤੇ ਪੂਰੀ ਪਾਰਟੀ ਜ਼ਿੰਮੇਦਾਰ ਹੈ ਰਿਸ਼ੀ ਸਾਹਿਬ ਜ਼ਿੰਮੇਦਾਰ ਨਹੀਂ ਹਨ ਹਾਂ ਰਿਸ਼ੀ ਸਾਹਿਬ ਇੱਕ ਜ਼ਿੰਮੇਦਾਰੀ ਰਿਸ਼ੀ ਸਾਹਿਬ ਨੂੰ ਜ਼ਰੂਰ ਲੈਣੀ ਪਵੇਗੀ ਔਰ ਇਹ ਵੇ ਕਿ ਉਹਨਾਂ ਚ ਪੋਲੀਟੀਸ਼ੀਅਨ ਨਹੀਂ ਹੈ ਹੀ ਡਸਨਟ ਹੈਵ ਐਨੀ ਕੈਰੀਜ਼ਮ ਜਦੋਂ ਤੁਸੀਂ ਇਲੈਕਸ਼ਨ ਕੈਂਪੇਨ ਇਟ ਟੁਰ ਕੇ ਹੋ ਤੇ ਫਿਰ ਇਲੈਕਸ਼ਨ ਕੈਂਪੇਨ ਇਹ ਨਹੀਂ ਕਹਿ ਰਹੇ ਕਿ ਦੂਜੇ ਪਾਸੇ ਕੋਈ ਨਹੀਂ ਬੀਅਰ ਬੈਠਾ ਆਈ ਡੋਨਟ ਮੀਨ ਟੂ ਲਾਫ ਆਈ ਡੋਨਟ ਮੀਨ ਟੂ ਲਾਫ ਬਟ ਇਥੇ ਯੂ ਐਸ ਦੇ ਵਿੱਚ ਰਾਈਟ ਜੋ ਖਬਰਾਂ ਸਾਡੇ ਤੱਕ ਪਹੁੰਚਦੀਆਂ ਆ ਲਾਈਕ ਇੰਟਰਨੈਟ ਵਾਇਰਲ ਮੀਮਸ ਬਣ ਕੇ ਉਹਨਾਂ ਦੇ ਵਿੱਚ ਕਾਫੀ ਹਜ਼ੀ ਮਜ਼ਾਕ ਹੋਇਆ ਹੈ ਰਿਸ਼ੀ ਸੁਨੈਕ ਦਾ ਅਮ ਜਸਟ ਇਨ ਟਰਮਸ ਆਫ ਹਿਮ ਬੀਇੰਗ ਔਕਵਰਡ ਰਾਈਟ ਲੋਕਾਂ ਦੇ ਨਾਲ ਕਨੈਕਟ ਨਹੀਂ ਕਰ پا ਰਹੇ ਔਕਵਰਡਲੀ ਗੈਸ ਸਟੇਸ਼ਨ ਜਾਂਦੇ ਐ ਉਹਨਾਂ ਨੂੰ ਮਤਲਬ ਸਿੰਪਲ ਚੀਜ਼ਾਂ ਨਹੀਂ ਕਰਨੀਆਂ ਆਉਂਦੀਆਂ ਸੋ ਆਈ ਕੈਨ ਇਮੇਜਿਨ ਉਹ ਕਰਿਸ਼ਮਾ ਤਾਂ ਅਸੀਂ ਵੀ ਇੱਥੇ ਮਹਿਸੂਸ ਕੀਤਾ ਹੈ ਮਾੜੀ ਮੋਟੀ ਜੋ ਖਬਰਾਂ ਪਿਛਲੇ ਯੂ ਨੋ ਸਾਲ ਡੇਢ ਸਾਲ ਚ ਅਸੀਂ ਦੇਖੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਪੋਰਟਰੇ ਕਰਦੀ ਹੈ ਬਟ that can be a very heavy a uh, a stigma for a politician agar to see aap de lokan de naal constituents de naal ek personal taur te connect nahi kar pa rahe ਐਨ ਦਾ ਇਹ ਫੇਲੀਅਰ ਹੈ ਤੇ ਬਿਚਾਰੇ ਕੀ ਕਿਸੇ ਹੱਦ ਤੱਕ ਬਿਵੈਥੀ ਬਲੇਮ ਕਰਦੇ ਕਿ ਤੁਸੀਂ ਬਹੁਤ ਅਮੀਰ ਹੋ ਤੁਹਾਡੀ ਬੁੱਢੀ ਬੜੀ ਅਮੀਰ ਹੈ ਇਹ ਵੀ ਉਹਨਾਂ ਤੇ ਪੈ ਜਾਂਦਾ ਨਾ ਕਿ ਯੂ نو ਇਨ ਬ੍ਰਿਟਿਸ਼ ਵੈਲਿਊਜ਼ ਉਹ ਜਿਹੜੀ ਐ ਫਾਰ ਇਗਜ਼ਾਮਪਲ ਅਗਰ ਤੁਸੀਂ ਦੇਖੋ ਆਪਣਾ ਬਰਨ ਜੋਂਸਨ ਨੂੰ ਬਰਨ ਜੋਂਸਨ ਕਿਸ ਤੇ ਕੱਢਿਆ ਗਿਆ ਹੈ ਸਾਈਕਲ ਸਾਈਕਲ ਰਾਈਡ ਕਰਕੇ ਆਂਦਾ ਸੀ ਕੰਮ ਤੇ ਨਹੀਂ ਸਾਈਕਲ ਤੇ ਕਰਕੇ ਆਂਦੇ ਸਨ ਲੇਕਿਨ ਕੱਢੇ ਕਿਸ ਗੱਲ ਤੇ ਕਿ ਸਾਰੀ ਦੁਨੀਆ ਨੂੰ ਤੂੰ ਲਾਕਡਾਊਨ ਕੀਤਾ ਹੈ ਦੈਨ ਹੀ ਵਾਸ ਪਾਰਟੀਇੰਗ ਟੂ ਪਾਰਟੀ ਟੂ ਸੀ ਪਾਰਟੀਆਂ ਕਰ ਰਹੇ ਹੋ ਔਰ ਫਿਰ ਉਸ ਨੂੰ ਝੂਠ ਬੋਲ ਰਹੇ ਹੋ ਇਹ ਵੈਲਿਊਜ਼ ਜਿਹੜੀ ਹੈ ਨਾ ਇਨ ਦੈਟ ਸੈਂਸ ਕਿ ਮਤਲਬ ਉਹ ਕਮਿੰਗ ਬੈਕ ਟੂ ਕਿ ਰਿਸ਼ੀ ਸੁਨਾਕ ਤੇ ਆਖਰੀ ਚਾਕੇ ਗੰਦ ਸਾਹਮਣੇ ਆਪਣੇ ਸਿਰ ਲੈ ਲੇਤਾ ਹੈ ਲੇਕਿਨ ਬੇਸਿਕਲੀ ਇਹ ਟੋਰੀ ਪਾਰਟੀ ਦਾ ਡਿਸਕਨੈਕਟ ਹੈ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਬੇਸਿਕਲੀ ਆਮ ਤੇ ਉਹਨਾਂ ਦਾ ਨਾਂ ਆਖਰੀ ਚ ਆ ਗਿਆ ਕਿ ਆਖਰੀ ਤੁਸੀਂ ਡਬੋਈਏ ਤੇ ਕਿ ਗੱਲ ਲੰਮੀ ਚੱਲੀ ਆ ਰਹੀ ਹੈ ਆਈ نو ਸੋ ਅਗਰ ਅਸੀਂ ਹੁਣ ਥੋੜਾ ਜਆ ਅਮ ਇਨ ਇੰਡੀਵਿਜੂਅਲ ਕੈਂਡੀਡੇਟਸ ਉੱਤੇ ਉੱਠ ਕੇ ਗੱਲ ਕਰੀਏ ਯੂ نو ਫਰਾਂਸ ਜਸਟ ਹੈਡ ਅ ਵੈਰੀ ਸਿਗਨੀਫੀਕੈਂਟ ਇਲੈਕਸ਼ਨ ਉੱਥੇ ਵੀ ਅਮ ਜੋ ਪ੍ਰੋਗਰੈਸਿਵ ਵਿੰਗ ਹੈਗਾ ਉਹਨਾਂ ਦੀ ਕੁਝ ਅਸੀਂ ਸਕਸੈਸਸਸ ਵੇਖੀਏ ਰੀਸੈਂਟ ਇਲੈਕਸ਼ਨ ਦੇ ਵਿੱਚ ਅਗਰ ਓਵਰਆਲ ਯੂਰਪ ਦੀ ਗੱਲ ਕੀਤੀ ਜਾਏ ਅਮ ਫਰਾਂਸ ਐਂਡ ਯੂਕੇ ਨੂੰ ਛੱਡ ਕੇ ਜ਼ਿਆਦਾਤਰ ਟ੍ਰੈਂਡ ਰਾਈਟ ਵੱਲ ਜਾ ਰਿਹਾ ਇਨ ਫੈਕਟ ਥਿਸ ਇਜ਼ ਅ ਟ੍ਰੈਂਡ ਇਨ ਮੋਸਟ ਆਫ ਦਾ ਵਰਲਡ ਅਸੀਂ ਆਮ ਕਿੰਨੇ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਲੈਕਸ਼ਨਸ ਹੋ ਰਹੇ ਹਨ ਦੇਖਿਆ ਹੈ ਕਿ ਜਨਰਲ ਪਬਲਿਕ ਜਨਰਲ ਇਲੈਕਸ਼ਨਸ ਜ਼ਿਆਦਾਤਰ ਕੰਸਰਵੇਟਿਵ ਵੈਲਿਊਜ਼ ਵੱਲ ਸਵਿੰਗ ਕਰ ਰਹੇ ਹਨ we may very well have that outcome here in the united states in november agar republican party donald trump fir power jande کی تو ہنو لگ دا ہے کہ یوکے دے ویچ وکھرا ہویا ہے کہ یوکے دے ویچ لیفٹ وال سوئنگ کیتا ہے پروگرسیو ویلیوز وال پبلک نے ووٹ پائی ہے آہ, نہیں ایتھے بلکل بلکہ کافی اولٹ ہے کہ وہ کہہ رہے کہ جی نمبر اف ووٹ سے جی سیٹا ملی نے وہ بیسیکلی کافی چیزیں بلکل ایک غلط امپریشن دے رہی آنے ٹھیک hmm. ہے لیبر

ਦੀ ਪਾਰਟੀ ਹੈ ਠੀਕ ਹੈ ਯਾ ਰਾਈਟ ਪਾਰਟੀ ਹੈ ਉਹਨਾਂ ਨੂੰ ਸੀਟਾਂ ਸਿਰਫ 4 ਮਿਲੀਆਂ ਨੇ ਯਾ ਲੇਕਿਨ ਉਹਨਾਂ ਦੇ ਨੰਬਰ ਆਫ ਵੋਟਸ ਜਿਹੜੇ ਨੇ ਉਹ ਲਿਬਰਲ ਡੈਮੋ ਲਿਵ ਡੈਮ ਕੋਲੂ ਫਾਰ ਜ਼ਿਆਦਾ ਹੈ ਇਹ ਇਨ ਇਨ ਪ੍ਰਪੋਰਸ਼ਨ ਇਨ ਥਿਸ ਇਜ਼ ਅ ਕੰਪਲिकेटेड ਥਿੰਗ ਆਈ ਥਿੰਕ ਸਾਡੇ ਲਈ ਅੰਡਰਸਟੈਂਡ ਕਰਨੀ ਹੈ ਥੋੜੀ ਜਿਹੀ ਔਕੀ ਬਿਕਾਉਸ ਸਾਡਾ ਪੋਲੀਟੀਕਲ ਸਿਸਟਮ ਬਹੁਤ ਵੱਖਰਾ ਹੈ ਬਟ ਆ ਹਾਂਜੀ ਗੋ ਹੈਡ

ਤੇ ਦੁਬਾਰਾ ਜਿਹੜੀ ਏ ਉਹ ਲਿਬਰਲ ਡੈਮੋਕ੍ਰੇਟਸ ਜਿਹੜੇ ਨੇ ਉਹ ਅੱਗੇ ਆ ਗਏ ਆਈ ਆਈ ਹਵ ਟੂ ਆਸਕ ਅ ਐਮਾਜੀ ਬਿਕਾਜ਼ ਦੁਨੀਆ ਦੇ ਵਿੱਚ ਕਾਫੀ ਇਹੋ ਜਿਹੀ ਚੀਜ਼ਾਂ ਹੋ ਰਹੀਆਂ ਆ ਜੋ ਕਿ ਡੋਮੈਸਟਿਕ ਇਲੈਕਸ਼ਨਸ ਉੱਤੇ ਬਹੁਤ ਵੱਡੇ ਲੈਵਲ ਤੇ ਇੰਪੈਕਟ ਕਰ ਰਹੀਆਂ ਆ Potentially uh, none bigger than the crisis in the Middle East, joki Israel Gaza de which is village, सारा कुछ हो The overall sentiment the UK de which is conflict, इस How do you think that factored into this election, if at all? Election result the many कह huge impact Because है. election result देखो ਤੇ ਐਸੇ ਬੰਦੇ ਜਿਨ੍ਹਾਂ ਦੀ ਗਾਜ਼ਾ ਤੇ ਪੋਜੀਸ਼ਨ ਜਿਹੜੀ ਹੈ ਬਹੁਤ ਬਹੁਤ ਕਲੀਅਰ ਦੀ ਹੈ ਕਿ ਵੈਰੀ ਪ੍ਰੋ ਟੂਏ ਪੁਆਇੰਟ ਜਿੱਥੇ ਉਹ ਸੀਜ਼ਫਾਇਰ ਬਹੁਤ ਪਹਿਲੇ ਮੰਗ ਰਹੇ ਸਨ ਹੋ ਰਹੇ ਬਲਕਿ ਇਹ ਲੈਬਰ ਪਾਰਟੀ ਦੀ ਬਲੇਮ ਹੀ ਹੈ ਸੀ ਕਿ ਤੁਸੀਂ ਸੀਜ਼ਫਾਇਰ ਦੀ ਡਿਮਾਂਡ ਕਰੋ ਇਹ ਬੜਾ ਲੇਟ ਨਾ ਕੀਤਾ ਹੈ ਤੇ ਉਹ ਜਿਹੜੇ ਲੋਕ ਨੇ ਰਾਈਟ ਉਹ ਜਿਹੜੇ ਆਵਾਜ਼ਾਂ ਨੇ ਉਹਨਾਂ ਨੂੰ ਨੰਬਰ ਆਫ ਸੀਟਸ ਹਾਲੀ ਬਹੁਤ ਥੋੜੀਆਂ ਮਿਲੀਆਂ ਨੇ یہ پارٹی اتھے کھلوتی ہے اسی طرح لیبر دے جیڑے خاص ہوتے ساؤتھ ایشن مسلم علاقے جیڑے لیبر دے ووٹ ہیں لیبر کلو لوگ سیٹا جیڑی اگر تو اسی کہو کہ لیبر نو ڈیمیج بہت کیتا ہے انہیں لیبر نو ڈیمیج بہت wow. کیتا ہے اس طرح okay. پبلک پرسپیکشن wow. کہ جیڑا لیبر دا بندہ جیڑا نہیں کھلو رہا ہونا نال فرزا پر نیڈا ہیلپ منسٹر نے ٹھیک ہے آل لنڈن جو جتے نے اور وہ بہت ہی سٹرانگ کینیڈیٹ نے لیبر دے

ਉਹ ਇਨ ਇਲੈਕਸ਼ਨ ਰਿਜ਼ਲਟਸ ਤੋਂ ਲੈ ਸਕਦੇ ਐ ਖਾਸ ਕਰਕੇ ਬਿਕੋਜ਼ ਯੂਨਾਈਟਿਡ ਸਟੇਟਸ ਸ਼ਾਇਦ ਤੁਸੀਂ ਆਰਗੂ ਕਰ ਸਕਦੇ ਹੋ ਹੈਜ਼ ਨੈਵਰ ਬੀਨ ਮੋਰ ਡਿਵਾਈਡਿਡ ਅਮ ਬੀਟਵੀਨ ਕਨਸਰਵੇਟਿਵ ਐਂਡ ਪ੍ਰੋਗਰੈਸਿਵ ਵੈਲਿਊਜ਼ ਐਂਡ ਲੱਗਦਾ ਕਿ ਸੈਂਟਰਿਸਟਸ ਦਾ ਤਾਂ ਕੋਈ ਰਹਿ ਹੀ ਨਹੀਂ ਗਿਆ ਐਕਸਟ੍ਰੀਮ ਲੈਫਟ ਜਾਂ ਐਕਸਟ੍ਰੀਮ ਰਾਈਟ ਹੀ ਲੋਕੀ ਅਮ ਜ਼ਿਆਦਾਤਰ ਆਪਣੇ ਬਿਲੀਫਸ ਨੂੰ ਅੱਜ ਜੋੜ ਰਹੇ ਹਨ ਐਨੀ ਲੈਸਨਸ ਦ ਯੂ ਐਸ ਏ ਕੈਨ ਲਰਨ ਫ্রম ਥਿਸ ਇਲੈਕਸ਼ਨ ਇਨ ਦ ਯੂ ਕੇ

تو یو ایس نہیں بلکہ میں یو ایس کی تمام جی اس بارے ڈیموکریسیز نے وہ بہت انڈرسٹر ڈیمانڈ بہت بدل چکی ہے ٹویٹر سے ہر چیز تے اپنا ویو دینا پہندا ہے لوگ بڑے ویٹ نہیں کرتے ٹھیک ہے اور ہر چھوٹے بڑی چیز تانو ویو دینا پہنتا یو کانٹ اسکیپ کہ میں پبلی جدو دو ہوئے گی پارٹی کنونشن ہوئے گا تو میں بولاں گا لوکی کی کہتے ہیں ایسے ایسے شام سانگ رو جواب چاہیے دے فلائیں جی دلتے. جی going back to America, I would say that under all Western democracies are under serious stress, no doubt about that, because of social media, because of voter profile changing, demographic change. In the U.S., it seems that people are looking towards the U.S. that جیسے خود کہ بہت ہی نواز سے میں کوئی سبق یہ ہاں ایک سبق اگر کہو میں سمنا کہ ایک سبق سکھیا جا سکتا ہے اور ڈفیٹ کو شاید جہاں نے پرزیڈینٹ بائڈن تو گورمنٹ سیکھ سکتی ہے کہ لوگوں کے موڈرسٹیمٹ نہیں کرو ری کنیکٹ کرو ریجیمٹ کرو اور جان اگر پا سکو اپنی پارٹیز

They are at bigger risk. definitely a big lesson for democrats and president biden ahead of november salim amaji as always thank you so much for your time and expertise tusi ye sara bada complicated tohada uk da political system sade layi simple shabdan de vich breakdown kita pleasure having you please um inni cheer wad na ayo cheti ajeyo there's a lot happening in the world kas karke tohade kone de vich te zarur tohade naal fir assi gal karna pasand karange but ajj ethe hi sanu samay um tohade ਕਨਕਲੂਡ ਕਰਨਾ ਪੈਣਾ ਹੈ ਥੈਂਕ ਯੂ ਅਗੇਨ ਹੈਵ ਅ ਗ੍ਰੇਟ ਰੈਸਟ ਆਫ ਯਰ ਈਵਨਿੰਗ ਸਤਸ਼ਿਕਾ ਸਤਸ਼ਿਕਾ ਥੈਂਕ ਯੂ ਵੈਲ ਮਚ ਜੀ ਸੋ ਵਾਂਸ ਅਗੇਨ ਆਮ ਗਲੋਬਲ ਕੁਝ ਵੱਡੀ ਅਪਡੇਟਸ ਨੂੰ ਲੈ ਕੇ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਸੋ ਇਸ ਹਫਤੇ ਕਾਫੀ ਵੱਡੀ ਤੁਸੀਂ ਕਹਿ ਲਓ ਇੰਟਰਨੈਸ਼ਨਲ ਨਿਊਜ਼ ਦੀ ਦੁਨੀਆ ਦੇ ਵਿੱਚ ਅਪਡੇਟਸ ਅਸੀਂ ਵੇਖੀਆਂ ਆ ਟਿਊਜ਼ਡੇ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਇੱਥੇ ਯੂ ਐਸਾ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਟੋ ਸਮਿਟ ਹੋਸਟ ਕੀਤਾ ਆਮ ਐਟ ਦ ਸੇਮ ਟਾਈਮ جتھے پرڈنٹ بائیڈن نیٹو ویسٹرن ایلائز دے نال گال سی وڈی جو سمسیاوا ہاں گلوبل سٹیج تاس کر کے رشیا یوکرین وار لے کے وہی گلا کر رہے سی دوے پاس پرڈینٹ ولادمی پوٹن رشیا دے لیڈر اینڈ پرائم منسٹر نرندر موڈی ایک بہت ہی نگی میٹنگ کر رہے سی آپ کی دی ڈپلومیٹک رلیشن شپ کو ہو سٹرتھن کریٹنگ um, پرائم منسٹر مودی کی ਪਹਿਲੀ ਵਿਜ਼ਿਟ ਪੰਜ ਸਾਲਾਂ ਦੇ ਵਿੱਚ ਪਹਿਲੀ ਵਿਜ਼ਿਟ ਰਸ਼ੀਆ ਦੇ ਵਿੱਚ ਹੈ ਕਿ ਲੈਟਸ ਲੁੱਕ ਐਟ ਸਮ ਆਫ ਦੋਜ਼ ਹੈਡਲਾਈਨਸ ਅਮ ਸਾਨੂੰ ਪਤਾ ਹੈ ਕਿ ਇੰਡੀਆ ਰਸ਼ੀਆ ਦਾ ਜੋ ਇੱਕ ਸੰਬੰਧ ਹੈਗਾ ਇੱਕ ਰਿਸ਼ਤਾ ਹੈ ਬਹੁਤ ਪੁਰਾਣਾ ਤੇ ਬਹੁਤ ਡੂੰਗਾ ਕਿੰਨੇ ਸਾਲ ਤੋਂ ਚੱਲਦਾ ਆ ਰਿਹਾ ਇਹਦੇ ਵਿੱਚ ਕੋਈ ਕਿਸੇ ਨੂੰ ਹੈਰਾਨੀ ਨਹੀਂ ਹੁੰਦੀ ਐਂਡ ਇਸ ਰਸ਼ੀਆ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਇੰਡੀਆ ਨੇ ਇੱਕ ਬਹੁਤ ਹੀ ਮਿਡਲ ਆਫ ਦ ਲਾਈਨ ਡਿਪਲੋਮੈਟਿਕ ਸਟ੍ਰੈਟਜੀ ਅਪਣਾਈ ਕਿ ਉਹਨਾਂ ਨੂੰ ਅਮ ਉਹਨਾਂ ਨੇ ਯੂਨਾਈਟਿਡ ਸਟੇਟਸ ਅਤੇ ਵੈਸਟਰਨ ਐਲਾਈਜ਼ ਨੂੰ ਆਈਸੋਲੇਟ ਨਹੀਂ ਕੀਤਾ ਯੂਨਾਈਟਿਡ ਸਟੇਟਸ ਇੰਡੀਆ ਨੂੰ ਇੱਕ ਬਹੁਤ ਇੰਪੋਰਟੈਂਟ ਐਲਾਈ ਦੇ ਤੌਰ ਤੇ ਮੰਨਦਾ ਹੈ ਟੂ ਕਾਉਂਟਰ ਅਗੇਂਸਟ ਨਾਟ ਜਸਟ ਰਸ਼ੀਆ ਬਟ ਚਾਈਨਾ ਉਸ ਰੀਜਨ ਦੇ ਵਿੱਚ ਬਟ ਉਹਨਾਂ ਨੇ ਆਪਣੇ ਰਸ਼ੀਆ ਦੇ ਨਾਲ ਟਾਈਜ਼ ਨੂੰ ਹੋਰ ਡੀਪਨ ਹੋਰ ਸਟਰੈਂਥਨ ਕੀਤਾ ਖਾਸ ਕਰਕੇ ਇਕਨੋਮਿਕ ਟਾਈਜ਼ ਨੂੰ ਇਨਫੈਕਟ ਇੰਡੀਆ ਕੰਟੀਨਿਊਸ ਟੂ ਪਰਚੇਸ ਡਿਸਕਾਊਂਟਡ ਰਸ਼ੀਅਨ ਪੈਟਰੋਲੀਅਮ ਐਂਡ ਇਹਦੇ ਕਰਕੇ ਭਾਵੇਂ ਵੈਸਟਰਨ ਕੰਟਰੀਜ਼ ਵੱਲੋਂ ਜਿੰਨੇ ਵੀ ਸੈਂਕਸ਼ਨਸ ਲਵੀ ਕੀਤੇ ਗਏ ਹਨ ਰਸ਼ੀਆ ਉਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਕ੍ਰਿਪਲ ਕਰਨ ਲਈ ਇੰਡੀਆ ਇੱਕ ਇਹੋ ਜਿਹਾ ਪਾਰਟਨਰ ਬਣ ਚੁੱਕਿਆ ਹੈ ਰਸ਼ੀਆ ਲਈ ਇਸ ਵਾਰ ਦੇ ਦੌਰਾਨ ਜੋ ਕਿ ਉਹਨਾਂ ਨੂੰ ਫਾਈਨੈਂਸ਼ੀਅਲੀ ਸਟੇਬਲ ਰੱਖ ਰਿਹਾ ਹੈ ਇਨ ਫੈਕਟ ਜਿੱਥੇ ਵੈਸਟਰਨ ਕੰਟਰੀਜ਼ ਨੇ ਸੈਂਕਸ਼ਨਸ ਲਾਏ ਹਨ ਉਥੇ ਟ੍ਰੇਡ ਬਿਟਵੀਨ ਰਸ਼ੀਆ ਐਂਡ ਇੰਡੀਆ 66% ਇਨਕਰੀਸ ਹੋਇਆ ਹੈ ਦੈਟਸ ਅ ਬਿਗ ਨੰਬਰ ਇਸ ਟ੍ਰਿਪ ਦੇ ਵਿੱਚ ਵੀ ਇਹ ਇੱਕ ਬਹੁਤ ਵੱਡਾ ਫੋਕਸ ਪ੍ਰਾਈਮ ਮਿਨਿਸਟਰ ਮੋਦੀ ਦਾ ਜ਼ਰੂਰ ਸੀਗਾ ਬਟ ਨੋ ਡਾਊਟ ਕੋਈ ਨਹੀਂ ਇਸ ਚੀਜ਼ ਨੂੰ ਇਗਨੋਰ ਕਰ ਸਕਦਾ ਜਿਸ ਨੂੰ ਤੁਸੀਂ ਅਗਲੀ ਹੈਡਲਾਈਨ ਵਿੱਚ ਵੀ ਵੇਖੋਗੇ that the big shadow looming over this meeting was the war in ukraine ਇਨ ਫੈਕਟ ਜੂਜ਼ਨੋ ਇਨ ਦੋ ਲੀਡਰਜ਼ ਦੀ ਮੀਟਿੰਗ ਹੋਈ ਮੰਡੇ ਨੂੰ ਇੱਕ ਬਹੁਤ ਹੀ ਸਿਗਨੀਫੀਕੈਂਟ 에ਅ ਸਟ੍ਰਾਈਕ ਉਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਤੁਹਾਨੂੰ ਇੱਕ ਹੋਰ ਹੈਡਲਾਈਨ ਦਿਖਾਣਾ ਚਾਹੁੰਦੀ ਆ ਆਮ ਜੋ ਤੁਹਾਨੂੰ ਦੱਸਦੀ ਹੈ ਕਿ ਕਿਸ ਤਰ੍ਹਾਂ ਇੱਕ ਵਾਰੀ ਫਿਰ ਟਾਈਮਿੰਗ ਕਿੰਨੀ ਮੈਟਰ ਕਰਦੀ ਹੈ ਜਿੱਥੇ ਨੈਟੋ ਲੀਡਰਸ ਪ੍ਰੈਜ਼ੀਡੈਂਟ ਬਾਈਡਨ ਵਾਸ਼ਿੰਗਟਨ ਡੀਸੀ ਦੇ ਵਿੱਚ ਇਕੱਠੇ ਹੋ ਕੇ ਮਿਲ ਰਹੇ ਹਨ ਉਸੇ ਸੇਮ ਟਾਈਮ ਇੰਡੀਆ ਕਿੰਨਾ ਸਟਰੋਂਗ ਮੈਸੇਜ ਸੈਂਡ ਕਰ ਰਿਹਾ ਕਿ ਸਾਡਾ ਡਿਪਲੋਮੈਟਿਕ ਪੈਥ ਸਾਡਾ ਆਪਣਾ ਹੈਗਾ ਅਸੀਂ ਬਿਲਕੁਲ ਇੰਡੀਪੈਂਡੈਂਟ ਤੌਰ ਤੇ ਰਸ਼ੀਆ ਦੇ ਨਾਲ ਆਪ ਦੇ ਸਬੰਧ ਅੱਗੇ ਵਧਾਨਗੇ ਵਾਂਸ ਅਗੇਨ ਟਾਈਮਿੰਗ ਥੋ ਮੈਟਰਸ ਅ ਲੋਟ ਟਿਊਜ਼ਡੇ ਨੂੰ ਇਹ ਦੋ ਲੀਡਰਸ ਮਿਲੇ ਤੇ ਜਿਸਨੂੰ ਤੁਸੀਂ ਅਗਲੀ ਹੈਡਲਾਈਨ ਦੇ ਵਿੱਚ ਵੇਖ ਸਕਦੇ ਹੋ ਬੜੇ ਨਿੱਗੇ ਤੌਰ ਤੇ ਇਹ ਮਿਲੇ ਵਾਰਮ ਰਿਸੈਪਸ਼ਨ ਜਫੀਆਂ ਪਾ ਕੇ ਮਤਲਬ ਪੰਪਿੰਗ ਸਰਕਮਸਟੈਂਸ ਟੂ ਦਿ ਨਾਈਨਸ ਬਟ ਉਸੇ ਦੌਰਾਨ ਟਿਊਜ਼ਡੇ ਨੂੰ ਇਹਨਾਂ ਦੀ ਮੁਲਾਕਾਤ ਹੋਈ ਮੰਡੇ ਨੂੰ ਯੂਕਰੇਨ ਕੀਵ ਦੇ ਵਿੱਚ ਰਸ਼ੀਆ ਦੀ ਇੱਕ ਬਹੁਤ ਹੀ ਭਿਆਨਕ ਚਿਲਡਰਨਸ ਹਸਪੀਟਲ ਉੱਤੇ ਬੌਮਿੰਗ ਵਾਂਸਿਕ ਅਗੇਨ ਯੂ ਕੈਨ ਲੁੱਕ ਐਟ ਦ ਨੈਕਸਟ ਹੈਡਲਾਈਨ ਇਹ ਇੱਕ ਬਹੁਤ ਹੀ ਟਾਰਗੇਟਡ ਅਟੈਕ ਕਿਹਾ ਜਾ ਰਿਹਾ ਹੈ ਕਿ ਜਿਸ ਮਿਸਲ ਨੇ ਇਸ ਚਿਲਡਰਨਸ ਹਸਪੀਟਲ ਨੂੰ ਅਟੈਕ ਕੀਤਾ ਉਹਦੇ ਵਿੱਚ ਪ੍ਰੀ ਪ੍ਰੋਗਰਾਮ ਲੋਕੇਸ਼ਨ ਟਾਰਗੇਟ ਪਾਈ ਹੋਈ ਸੀ ਇਸ ਹਸਪੀਟਲ ਦੇ ਵਿੱਚ 600 ਤੋਂ ਵੱਧ ਬੱਚਿਆਂ ਦਾ ਟ੍ਰੀਟਮੈਂਟ ਚੱਲ ਰਿਹਾ ਸੀ ఎవਰੀਥਿੰਗ ਫਰਮ ਨਿਓਨੇਟਲ ਜੋ ਬੱਚੇ ਹਾਲੇ ਪੈਦਾ ਹੀ ਹੋਏ ਹੁੰਦੇ ਐ to uh oncology cancer da treatment bachiyan nu mil rha si i mean you can just imagine is hospital nu chun ke is tarah attack karna air strike russia walon um what kind of image it portrays in fact prime minister modi nu bhi kafi serious pushback mil rha hai unadi puri visit utte ek negative perspective negative lens rahi duniya vekh rahi hai in fact ukrainian president uh, vladimir zelensky ne, uh, ex twitter utte post is meeting nu it is a huge disappointment and a devastating blow to peace efforts to see the world's largest democracy hug the world's most bloody criminal in moscow on such a day of course ukraine the leader will know comment ana just the nick children's hospital numbam no kitage ਇਹ ਇਟ ਰੀਲੀ ਮੇਡ ਫॉर ਅ ਵੈਰੀ ਸਟ੍ਰੇਂਜ ਮੀਟਿੰਗ ਬਟ ਇਹ ਚੀਜ਼ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਮੋਦੀ ਡਿਟਰਨੀ ਹੋਏ ਇਨ ਫੈਕਟ ਜਿਸ ਤਰ੍ਹਾਂ ਤੁਸੀਂ ਅਗਲੀ ਹੈਡਲਾਈਨ ਦੇ ਵਿੱਚ ਵੇਖ ਸਕਦੇ ਹੋ ਉਹਨਾਂ ਨੇ ਕਮੈਂਟ ਕਰਕੇ ਇਸ ਚੀਜ਼ ਨੂੰ ਡਿਸਮਿਸ ਕਰਤਾ ਕਿ ਯੈਸ ਸਾਡਾ ਦਿਲ ਬਹੁਤ ਦੁਖੀ ਹੈ ਇਹ ਸੁਣ ਕੇ ਇਹ ਵੇਖ ਕੇ ਕਿ ਬੱਚਿਆਂ ਨੂੰ ਅਟੈਕ ਕੀਤਾ ਜਾ ਰਿਹਾ ਹੈ ਬਟ ਉਹਨਾਂ ਦਾ ਫੋਕਸ ਇਸ ਟ੍ਰਿਪ ਤੇ ਜਿਆਦਾ ਇਕਨੋਮਿਕ ਸੀਗਾ ਜਿਆਦਾ ਇੰਡੀਅਨ ਇੰਟਰਸਟ ਨੂੰ ਲੈ ਕੇ ਇਹ ਮੀਟਿੰਗਸ ਇਹ ਗੱਲਾਂ ਹੋਈਆਂ ਬਟ ਮੋਸਟ ਇੰਪੋਰਟੈਂਟਲੀ ਇੱਕ ਬਹੁਤ ਸਟਰੋਂਗ ਮੈਸੇਜ ਪੂਰੀ ਦੁਨੀਆ ਅਗੇ ਦਿੱਤਾ ਗਿਆ ਥੈਟ ਵਾਂਸ ਅਗੇਨ ਰਸ਼ੀਆ ਇਕੱਲਾ ਨਹੀਂ ਖੜਿਆ ਅੱਜ ਦੀ ਡੇਟ ਦੇ ਵਿੱਚ ਭਾਵੇਂ ਉਹ ਇਕਨੋਮਿਕ ਤੌਰ ਤੇ ਹੋਏ ਡਿਪਲੋਮੈਟਿਕ ਤੌਰ ਤੇ ਹੋਏ ਉਹਨਾਂ ਦੇ ਐਲਾਈਸ ਭਾਵੇਂ ਗਿਣਤੀ ਦੇ ਵਿੱਚ ਘੱਟ ਹੋਣ ਬਟ ਪਾਵਰ ਦੇ ਵਿੱਚ ਕਾਫੀ ਵੱਡੇ ਲੈਵਲ ਤੇ ਉਹਨਾਂ ਦੇ ਨਾਲ ਖੜੇ ਹੈਗੇ ਅਮ ਇੱਥੇ ਹੀ ਅੱਜ ਦੇ ਪ੍ਰੋਗਰਾਮਿੰਗ ਦੀ ਅਸੀਂ ਸਮਾਪਤੀ ਕਰਦੇ ਹਾਂ ਕਾਫੀ ਚੀਜ਼ਾਂ ਅਸੀਂ ਤੁਹਾਡੇ ਨਾਲ ਡਿਸਕਸ ਕੀਤੀਆਂ ਆਫ ਕੋਰਸ ਕਿਸੇ ਵੀ ਅੱਜ ਦੇ ਡਿਸਕਸ ਕੀਤੇ ਹੋਏ ਟਾਪਿਕ ਨੂੰ ਲੈ ਕੇ ਸਾਡੇ ਲਈ ਸਾਡੇ ਗੈਸ ਲਈ ਜੇ ਤੁਸੀਂ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਰੱਖਣਾ ਚਾਹੁੰਦੇ ਹੋ ਜੁਰਤੀ ਸਾਨੂੰ ਈਮੇਲ ਕਰ ਸਕਦੇ ਹੋ info@justbroadcasting.com ashmita@justbroadcasting.com ਸੰਨਿਵਿਧਿ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ